ਮੁੱਦੇ ਦੀ ਗੱਲ ਦੇਖ ਰਹੇ ਹੋ ਤੁਸੀਂ, ਮੈਂ ਹਾਂ ਸੁਰਿੰਦਰ ਧਾਲਾ। ਬੜੇ ਅਹਿਮ ਪੁਆਇੰਟਸ ਨੇ ਅੱਜ ਮੁੱਦੇ ਦੀ ਗੱਲ ਵਿੱਚ। ਸਭ ਤੋਂ ਪਹਿਲਾਂ ਤਾਂ ਗੱਲ ਕਰਾਂਗੇ, ਨਰਿੰਦਰ ਮੋਦੀ ਸਾਹਿਬ ਨੇ ਲੋਕ ਸਭਾ ਦੇ ਪਾਰਲੀਮੈਂਟ ਸੈਸ਼ਨ ਦੇ ਆਖਰੀ ਦਿਨ 10% ਦੇ ਰਾਖਵੇਂ ਕਰਨ ਦੀ ਗੱਲ ਲਿਆਂਦੀ ਹੈ, ਅਤੇ ਦੇਸ਼ ਦਾ ਮੀਡੀਆ ਇਹ ਕਹਿ ਰਿਹਾ ਕਿ ਦੇਸ਼ ਦੇ ਗਰੀਬ ਲੋਕਾਂ ਲਈ ਰਾਖਵਾਂ ਕਰਨ ਹੈ। ਮੋਦੀ ਸਾਹਿਬ ਵੀ ਅੱਜ ਆਗਰਾ ਦੀ ਰੈਲੀ 'ਚ ਕਹਿ ਰਹੇ ਸਨ ਕਿ ਦੇਸ਼ ਦੇ ਗਰੀਬ ਲੋਕਾਂ ਲਈ ਰਾਖਵਾਂ ਕਰਨ ਰੱਖਿਆ। ਇਹਦੇ 'ਤੇ ਗੱਲ ਕਰਾਂਗੇ ਕਿ ਸੱਚਮੁੱਚ ਇਹ ਰਾਖਵਾਂ ਕਰਨ ਸਿਰਫ ਗਰੀਬ ਲੋਕਾਂ ਲਈ ਹੈ ਜਾਂ ਸਿਰਫ ਇਹ ਵੀ ਚੋਣਾਂ ਤੋਂ ਪਹਿਲਾਂ ਦਾ ਇੱਕ ਸਿਆਸੀ ਜੁਮਲਾ ਹੈ। ਇਹਦੇ ਨਾਲ ਨਾਲ ਕਰਤਾਰਪੁਰ ਸਾਹਿਬ ਕੋਰੀਡੋਰ 'ਤੇ ਗੱਲ ਕਰਾਂਗੇ। ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਨੇ ਵੀ ਹਿੰਮਤ ਕਰਕੇ ਨਰਿੰਦਰ ਮੋਦੀ ਸਾਹਿਬ ਦੇ ਖਿਲਾਫ ਬਿਆਨ ਦਿੱਤਾ। ਕੈਪਟਨ ਅਮਰਿੰਦਰ ਕਹਿੰਦੇ ਕਿ ਮੋਦੀ ਸਾਹਿਬ ਵੱਡੀਆਂ ਵੱਡੀਆਂ ਗੱਲਾਂ ਕਰ ਗਏ ਗੁਰਦਾਸਪੁਰ ਸਾਹਿਬ, ਪਰ ਸਾਨੂੰ ਪੈਸਾ ਹੀ ਨਹੀਂ ਆਇਆ, 550ਵੇਂ ਗੁਰੂ ਸਾਹਿਬ ਦੇ ਸਮਾਗਮਾਂ ਲਈ ਵੀ ਨਹੀਂ ਆਇਆ, ਪਰ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਵੀ ਨਹੀਂ ਆਇਆ। ਜੋਰਾ ਸਿੰਘ ਨੇ ਅੱਜ ਫਿਰ ਪ੍ਰੈਸ ਕਾਨਫਰੰਸ ਕਰਤੀ, ਜਸਟਿਸ ਜੋਰਾ ਸਿੰਘ, ਉਹ ਕਹਿੰਦੇ ਮੈਂ ਰਿਪੋਰਟ ਦਿੱਤੀ ਸੀ, ਬਾਦਲ ਸਾਹਿਬ ਦੀ ਸਰਕਾਰ ਨੇ ਲਾਗੂ ਹੀ ਨਹੀਂ ਕੀਤੀ, ਜੇ ਲਾਗੂ ਕਰ ਦਿੰਦੇ ਤੇ ਦੋਸ਼ੀ ਅੰਦਰ ਹੋਣੇ ਸੀ। ਕੈਪਟਨ ਅਮਰਿੰਦਰ ਤੇ ਵੀ ਉਹਨਾਂ ਨੇ ਇਲਜ਼ਾਮ ਲਾਤਾ ਕਿ ਇਹਨਾਂ ਨੇ ਢਿੱਲ ਕੀਤੀ। ਜੋਰਾ ਸਾਹਿਬ ਚਲੇ ਗਏ ਨੇ ਆਮ ਆਦਮੀ ਪਾਰਟੀ 'ਚ ਤੇ ਲੋਕ ਸਭਾ ਦੀ ਚੋਣ ਲੜ ਸਕਦੇ ਨੇ। ਪੋਲੀਟੀਕਲ ਰਿਐਕਸ਼ਨ ਸੁਣ ਲਈਏ ਤਿੰਨਾਂ ਵੱਡੇ ਮੁੱਦਿਆਂ ਦੇ ਉੱਤੇ, ਫਿਰ ਸਾਰੇ ਸਾਡੇ ਨਾਲ ਵੱਖ ਵੱਖ ਧਿਰਾਂ ਦੇ ਨੁਮਾਇੰਦੇ ਮੌਜੂਦ। ਕੈਪਟਨ ਅਮਰਿੰਦਰ ਸਿੰਘ ਨੇ ਆਹ ਬਹੁਤ ਵੱਡਾ 420 ਦਾ ਫਰੋਡ ਕੀਤਾ, ਕੇਸ ਸ਼ੁਡ ਬੀ ਰਜਿਸਟਰਡ ਅਗੇਂਸਟ ਹਿਮ, ਅਦਰਵਾਈਜ਼ ਵੀ ਵਿਲ ਗੋ ਟੂ ਦਾ ਕੋਰਟ। ਆਹ ਵੱਡਾ ਮੈਂ ਕਹਿੰਦਾ ਧੋਖਾ, ਧੋਖਾ ਮੀਨਸ ਇਟਸ ਅ ਫਰੋਡ ਟੂ ਦਾ ਫਾਰਮਰ, ਫਰੋਡ ਟੂ ਦਾ ਯੰਗਸਟਰ। ਸਿੱਖਾਂ ਦਾ ਸਾਥ ਦੇਣ ਦੇ ਬਜਾਏ ਇਹ ਹੋਰ ਭਾਸ਼ਾ ਬੋਲੀ ਜਾ ਰਹੇ ਨੇ, ਸੋ ਹੀ ਸ਼ੁਡ ਨਾਟ ਟ੍ਰਾਇੰਗ ਡਿਸਪਲੇਟ। ਉਹ ਦੱਸਣ ਕਿ ਉਹਨਾਂ ਨੇ ਲੈਂਡ ਐਕਵੀਜ਼ੀਸ਼ਨ ਦਾ ਕਿਹੜਾ ਕੰਮ ਸ਼ੁਰੂ ਕੀਤਾ, ਉਹ ਜਵਾਬ ਦੇਣ, ਸਾਡਾ ਤਾਂ ਟੈਂਡਰ ਹੋ ਗਿਆ, ਦਾ ਕੋਰੀਡੋਰ ਵਰਕ ਇਜ਼ ਔਨ ਟਰੈਕ। ਦੇਖੋ ਜਿਹੜੀ ਗਵਰਨਮੈਂਟ ਉਸ ਟਾਈਮ 'ਤੇ ਅਕਾਲੀ ਗਵਰਨਮੈਂਟ ਸੀ, ਸਰਾਬ ਪ੍ਰਕਾਸ਼ ਸਿੰਘ ਬਾਦਲ ਉੱਥੇ ਉਸ ਟਾਈਮ CM ਸੀ, ਗਵਰਨਮੈਂਟ ਦੀ ਮਰਜ਼ੀ ਤੋਂ ਬਗੈਰ ਕਿਸ ਤਰ੍ਹਾਂ ਕਿ ਇਨਵੈਸਟੀਗੇਸ਼ਨ ਰੋਕ ਸਕਦੀ ਹੈ? ਉਹਨਾਂ ਦਾ ਹੱਥ, ਉਹਨਾਂ ਦੇ ਕਹਿਣ 'ਤੇ ਹੀ ਇਨਵੈਸਟੀਗੇਸ਼ਨ ਪ੍ਰੋਪਰਲੀ ਨਹੀਂ ਹੋਈ, ਉਹ ਜ਼ਿੰਮੇਵਾਰ ਹੋਮ ਡਿਪਾਰਟਮੈਂਟ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਅੰਡਰ ਸੀ। ਇਨਵੈਸਟੀਗੇਸ਼ਨ ਕਿਸ ਤਰ੍ਹਾਂ ਦਾ ਕਿ ਉਹ ਪ੍ਰੋਪਰ ਨਹੀਂ ਕਰਨਗੇ, ਜੇ ਉੱਪਰ ਉਹਨਾਂ ਦੀ ਡੈਕਸ਼ਨ ਹੋਏਗੀ, ਉੱਪਰ ਉਹਨਾਂ ਕੀ ਉਹ ਪ੍ਰੋਪਰਲੀ ਵਾਚ ਕਰਨਗੇ ਅਤੇ ਪ੍ਰੋਪਰਲੀ ਇਨਵੈਸਟੀਗੇਸ਼ਨ ਹੋਏਗੀ। ਸਰਦਾਰ ਜੋਰਾ ਸਿੰਘ ਹੋਰਾਂ ਦਾ ਇਹ ਕਾਂਗਰਸ ਪਾਰਟੀ ਦੇ ਉੱਪਰ ਸਵਾਲ ਕਰਨਾ ਕਿ ਅਗਰ ਜੇ ਇੱਦਾਂ ਨਾ ਕੀਤਾ ਜਾਂਦਾ ਤਾਂ ਬਾਦਲ ਫੜਿਆ ਜਾਂਦਾ, ਜੇ ਉੱਦਾਂ ਕਰ ਲਿਆ ਜਾਂਦਾ ਤਾਂ ਸੁਖਬੀਰ ਸਿੰਘ ਬਾਦਲ ਫੜਿਆ ਜਾਂਦਾ। ਦਿਨ ਦੂਰ ਨਹੀਂ, ਬੜੀ ਜਲਦੀ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਹੁਣ ਬਹੁਤੇ ਦਿਨ ਇਹ ਬਾਦਲਾਂ ਦੀ ਬਾਹਰ ਜਗ੍ਹਾ ਨਹੀਂ, ਸਾਰੇ ਫੜੇ ਜਾਣਗੇ। ਤੁਸੀਂ ਪੋਲੀਟੀਕਲ ਰਿਐਕਸ਼ਨ ਸੁਣੇ ਸਾਰੀਆਂ ਧਿਰਾਂ ਦੇ, ਇਕੱਲੇ ਇਕੱਲੇ ਪੁਆਇੰਟ 'ਤੇ ਗੱਲ ਕਰਾਂਗੇ, ਮੈਂ ਮੁਲਾਕਾਤ ਕਰਾ ਦਾਂ ਸਟੂਡੀਓ ਦੇ ਵਿੱਚ, ਸਾਡੇ ਨਾਲ ਲਗਭਗ ਸਾਰੀਆਂ ਧਿਰਾਂ ਦੇ ਨੁਮਾਇੰਦੇ ਮੌਜੂਦ ਨੇ। ਸਾਡੇ ਨਾਲ ਮੌਜੂਦ ਨੇ ਪੰਜਾਬੀ ਏਕਤਾ ਪਾਰਟੀ ਸੁਖਪਾਲ ਸਿੰਘ ਖਹਿਰੇ ਦੀ ਪਾਰਟੀ ਤੋਂ ਕਰਨਲ ਦਰਸ਼ਨ ਸਿੰਘ ਢਿੱਲੋਂ ਸਾਹਿਬ, ਬਹੁਤ ਬਹੁਤ ਸਵਾਗਤ ਹੈ ਢਿੱਲੋਂ ਸਾਹਿਬ ਤੁਹਾਡਾ। ਔਰ ਸਾਡੇ ਨਾਲ ਮੌਜੂਦ ਨੇ ਭਾਰਤੀ ਜਨਤਾ ਪਾਰਟੀ ਦੇ ਸੂਬੇ ਦੇ ਬੁਲਾਰੇ ਸੀਨੀਅਰ ਆਗੂ ਨੇ ਅਨਿਲ ਸਰੀਨ ਸਾਹਿਬ, ਬਹੁਤ ਸਵਾਗਤ ਹੈ। ਔਰ ਸਾਡੇ ਨਾਲ ਮੌਜੂਦ ਨੇ ਵਰੁਣ ਮਹਿਤਾ ਸਾਹਿਬ, ਜਿਹੜੇ ਕਿ ਪ੍ਰਮੁੱਖ ਪ੍ਰਦੇਸ਼ ਪ੍ਰਚਾਰਕ ਨੇ ਸ਼੍ਰੀ ਹਿੰਦੂ ਤਖ਼ਤ ਪੰਜਾਬ ਦੇ ਅਤੇ ਕਾਂਗਰਸ ਦਾ ਸਮਰਥਨ ਕਰ ਚੁੱਕੇ ਨੇ। ਔਰ ਆਮ ਆਦਮੀ ਪਾਰਟੀ ਤੋਂ ਸਾਡੇ ਨਾਲ ਮੌਜੂਦ ਨੇ ਸੂਬੇ ਦੇ ਬੁਲਾਰੇ ਨੇ ਦਰਸ਼ਨ ਸਿੰਘ ਜੀ, ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲੀ ਟਿੱਪਣੀ ਸਰੀਨ ਸਾਹਿਬ ਥੋੜ੍ਹੀ ਲੈਣਾ ਚਾਹੂੰਗਾ, ਲੋਕ ਸਭਾ 'ਚ ਸਾਰੀਆਂ ਪਾਰਟੀਆਂ ਨੇ ਸਮਰਥਨ ਤਾਂ ਕਰਤਾ ਇੱਕ ਦੋ ਪਾਰਟੀਆਂ ਛੱਡ ਕੇ, ਮਾਇਆਵਤੀ ਵੀ ਨਾਰਾਜ਼ ਹੈ, ਸਮਾਜਵਾਦੀ ਪਾਰਟੀ ਵੀ ਨਾਰਾਜ਼ ਹੈ, 10% ਦੇ ਰਾਖਵੇ ਕਰਨ ਦੀ ਗੱਲ ਬਹੁਤ ਪੁਰਾਣੀ ਹੈ ਸਾਡੇ ਮੁਲਕ ਦੇ ਵਿੱਚ, ਪਰ ਪਾਰਲੀਮੈਂਟ ਦੇ ਸੈਸ਼ਨ ਦਾ ਆਖਰੀ ਦਿਨ ਸੀ, ਕਹਿੰਦੇ ਆਖਰੀ ਦਿਨ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਤੁਸੀਂ ਇਸ ਬਿੱਲ ਨੂੰ ਲੈ ਕੇ ਆਏ, ਠੀਕ ਉਸੇ ਤਰ੍ਹਾਂ ਜਿਵੇਂ ਕਈ ਵਾਰੀ
ਚਲੋ ਮੈਂ ਉਦਾਹਰਣ ਨਹੀਂ ਲੈਂਦਾ, ਮੈਂ ਇਹਦੇ 'ਤੇ ਤੁਹਾਡੀ ਟਿੱਪਣੀ ਲੈਂਦਾ। ਪਹਿਲੀ ਗੱਲ ਤਾਂ ਮੈਂ ਸਪਸ਼ਟ ਕਰ ਦਿਆਂ ਕਿ ਇਹ ਕੋਈ ਸਰਕਾਰ ਦਾ ਆਖਰੀ ਸੈਸ਼ਨ ਨਹੀਂ ਸੀ, ਪਾਰਲੀਮੈਂਟ ਦਾ ਸੈਸ਼ਨ ਆਖਰੀ, ਹੁਣ ਤਾਂ ਵੋਟ ਔਨ ਅਕਾਊਂਟ ਹੋਣਾ ਬਜਟ ਦਾ। ਬਕਾਇਦਾ 30 ਜਨਵਰੀ ਤੋਂ ਲੱਗ ਕੇ 15 ਫਰਵਰੀ ਤੱਕ ਇੱਕ ਸੈਸ਼ਨ ਹੋਰ ਪਿਆ ਹੈ ਜੀ। ਇਸ ਕਰਕੇ ਇਹ ਕਹਿਣਾ ਕਿ ਵੀ ਗਵਰਨਮੈਂਟ ਦਾ ਆਖਰੀ ਸੈਸ਼ਨ ਸੀਗਾ, ਨਹੀਂ ਉਹ ਤਾਂ ਬਜਟ ਲਈ, ਉਹ ਤਾਂ ਕੰਮਕਾਜ ਤੇ ਪਾਰਲੀਮੈਂਟ ਸੈਸ਼ਨ ਜੋ ਵੀ ਚੱਲਿਆ ਉਹ ਤਾਂ ਕੰਮਕਾਜ ਤੇ ਚੱਲਣਾ ਹੀ ਆ ਉਸ ਵੇਲੇ। ਚਲੋ ਠੀਕ ਹੈ, ਐਸਾ ਕੋਈ ਦੋਰਾ ਨਹੀਂ ਕਿ ਉਸ ਵੇਲੇ ਵੋਟ ਆਫ ਅਕਾਊਂਟ ਜਾਂ ਜੋ ਵੀ ਉਹਦਾ ਇੰਟਰਨ ਬਜਟ ਜੋ ਪ੍ਰੈਜ਼ੈਂਟ ਕਰਨਾ ਉਹ ਵੀ ਉਹਦਾ ਇੱਕ ਪਾਰਟ ਹੈਗਾ ਵਾ। ਨਹੀਂ ਇਲਜ਼ਾਮ ਇਹ ਲੱਗੇ ਨਾ ਕਿ ਵਕਤ ਨਹੀਂ ਦਿੱਤਾ, ਪਹਿਲਾਂ ਦੱਸਿਆ ਨਹੀਂ ਗਿਆ, ਇੱਕ ਦਿਨ ਪਹਿਲਾਂ ਕਾਇਦੇ ਨਾਲ ਇੱਕ ਦਿਨ ਪਹਿਲਾਂ ਨੋਟਿਸ ਦੇਣਾ ਪੈਂਦਾ ਕਿ ਅਸੀਂ ਕੱਲ ਨੂੰ ਇਹ ਬਿੱਲ ਲੈ ਕੇ ਆਵਾਂਗੇ। ਦੇਖੋ ਉਹ ਅਚਾਨਕ ਹੀ ਜਿਵੇਂ ਆਪਾਂ ਤਤਾ ਪਰੌਂਠਾ ਕਈ ਵਾਰੀ ਤਵੇ ਨੂੰ ਲਾ ਕੇ ਪਲੇਟ ਰੱਖ ਦਿੰਦੇ, ਐਸਾ ਕੁਝ ਨਹੀਂ ਹੈਗਾ। ਜੋ ਵੀ ਨੋਰਮਸ ਹੁੰਦੀਆਂ ਨੇ ਆਪਣਾ ਪਾਰਲੀਮੈਂਟ ਹੈਗੀ ਹੈ, ਉਹਦੀ ਪਾਰਲੀਮੈਂਟ ਦੇ ਨੋਰਮਸ ਫਾਲੋ ਕੀਤੇ ਜਾਂਦੇ। ਸਵਾਲ ਇਹੀ ਖੜੇ ਹੋਏ ਨੇ ਕਿ ਪਾਰਲੀਮੈਂਟ ਹੈ, ਕੋਈ ਇਸ਼ੂ ਨਹੀਂ, ਅਚਾਨਕ ਹੀ ਬਿੱਲ ਇਹ ਕੋਈ ਇਸ਼ੂ ਨਹੀਂਗਾ। ਸਵਾਲ ਇਹ ਹੈ ਕਿ ਇਹ ਜਿਹੜਾ ਬਿੱਲ ਆਇਆ 124th ਅਮੈਂਡਮੈਂਟ ਬਿੱਲ ਜਿਹੜਾ ਆਇਆ ਹੈ, ਇਹ ਬਹੁਤ ਦੇਰ ਦੀ ਲੋਕਾਂ ਦੀ ਮੰਗ ਸੀਗੀ ਕਿ ਜਿਹੜੇ ਆਲਰੇਡੀ ਰਿਜ਼ਰਵ ਕੈਟਾਗਰੀ ਤੋਂ ਬਾਹਰ ਲੋਕ ਨੇ, ਜਨਰਲ ਕੈਟਾਗਰੀ ਦੇ ਹੋਣ, ਚਾਹੇ ਉਹ ਕਿਸੇ ਵੀ ਜਾਤੀ ਦੇ ਹੋਣ, ਕਿਸੇ ਵੀ ਧਰਮ ਦੇ ਹੋਣ, ਉਹਨਾਂ ਗਰੀਬ ਲੋਕਾਂ ਵਾਸਤੇ ਜਿਹੜੇ 8 ਲੱਖ ਕਮਾ ਲੈਂਦੇ ਨੇ ਸਾਲ ਦਾ, ਮੈਂ ਦੱਸਣਾ ਕਿ ਜਿਹੜੇ ਵੀ ਗਰੀਬ ਲੋਕ ਨੇ ਉਹ ਵਿਚਾਰੇ ਇਸ ਤੋਂ ਵੰਚਿਤ ਸੀਗੇ, ਉਹਨਾਂ ਦੇ ਬੱਚੇ ਦੀ ਪੜ੍ਹਾਈ ਦਾ ਇਸ਼ੂ ਹੋ ਜਾਏ, ਉਹਨਾਂ ਦੀ ਨੌਕਰੀ ਦਾ ਇਸ਼ੂ ਹੋ ਜਾਏ, ਕੋਈ ਵੀ ਇਸ਼ੂ ਹੋ ਜਾਣ। ਸੋ ਇਸ ਕਰਕੇ ਮੈਂ ਸਭ ਤੋਂ ਪਹਿਲਾਂ ਤਾਂ ਨਰਿੰਦਰ ਮੋਦੀ ਸਰਕਾਰ ਨੂੰ ਇਸ ਗੱਲ ਦੀ ਵਧਾਈ ਦਿਆਂਗਾ ਕਿ ਇਹੋ ਜਿਹਾ ਇਤਿਹਾਸਿਕ ਬੋਲਡ ਜੇ ਕਦਮ ਲੈ ਸਕਦੇ ਸੀ ਨਰਿੰਦਰ ਮੋਦੀ ਹੀ ਲੈ ਸਕਦੇ ਸੀਗੇ। ਮੇਰੀ ਵਧਾਈ ਬਕਾਇਆ ਜਦ ਤੱਕ ਰਿਜ਼ਰਵੇਸ਼ਨ ਮਿਲਣ ਨਹੀਂ ਲੱਗ ਜਾਂਦੀ, ਹਜੇ ਤਾਂ ਸੁਪਰੀਮ ਕੋਰਟ 'ਚ ਕਹਿੰਦੇ ਚੱਲ ਹੋ ਸਕਦਾ। ਕਿੱਥੇ ਮੈਂ ਉਹੀ ਗੱਲ ਕਲੀਅਰ ਕਰ ਦੇਣਾ, ਨਹੀਂ ਉਹ ਫਿਰ ਵੀ ਅਗਰ ਕਨਸਟੀਟਿਊਸ਼ਨਲ ਅਗਰ ਕਨਸਟੀਟਿਊਸ਼ਨਲ ਅਮੈਂਡਮੈਂਟ ਹੈ ਉਹਨੂੰ ਵੀ ਸੁਪਰੀਮ ਕੋਰਟ 'ਚ ਚੈਲੰਜ ਕੀਤਾ ਜਾ ਸਕਦਾ ਜੀ। ਮੈਂ ਦਿੱਲੀ 'ਚ ਵਕੀਲਾਂ ਨਾਲ ਗੱਲ ਕਰ ਲਈ ਜਿਹੜੀ ਤੁਸੀਂ ਸੁਰਿੰਦਰ ਸਾਹਿਬ ਜਿਹੜੀ ਤੁਸੀਂ ਨਹੀਂ ਚੈਲੰਜ ਭਾਵੇਂ ਪਾਰਲੀਮੈਂਟ 'ਚ ਤੁਸੀਂ ਕਨਸਟੀਟਿਊਸ਼ਨਲ ਅਮੈਂਡਮੈਂਟ ਕਰ ਦੋ ਤਾਂ ਵੀ ਸੁਪਰੀਮ ਕੋਰਟ 'ਚ ਇਹਨੂੰ ਚੈਲੰਜ ਕੀਤਾ ਜਾ ਸਕਦਾ। ਮੈਂ ਕਹਿ ਰਿਹਾ ਕਿ ਸੁਪਰੀਮ ਕੋਰਟ ਦੇ ਵਿੱਚ ਤੇ ਲਾਅ ਦੇ ਵਿੱਚ ਤੇ ਤੁਸੀਂ ਕੋਈ ਵੀ ਚੈਲੰਜ ਕਰ ਸਕਦੇ ਹੋ, ਸਹੀ ਗੱਲ, ਲੇਕਿਨ ਇੰਟੈਂਸ਼ਨ ਹੁੰਦੀ ਹੈ ਕਿ ਅਸੀਂ ਕਰਕੇ ਇਹਨੂੰ ਲਟਕਾਉਣਾ ਹੈ ਕਿ ਬਾਕੀ ਸਿਰੇ ਚੜਾਉਣਾ। ਨਹੀਂ ਇੰਟੈਂਸ਼ਨ ਤਾਂ ਕਲੀਅਰ ਹੈ ਵੋਟਾਂ ਦੀ। ਇੱਕ ਮਿੰਟ ਮੇਰੀ ਗੱਲ ਪੂਰੀ ਕਰ ਲੈਂਦੇ ਹੋ, ਸਾਡੀ ਇੰਟੈਂਸ਼ਨ ਜਿਹੜੀ ਸੀਗੀ ਇਹ ਤੁਹਾਨੂੰ ਇਹ ਯਾਦ ਹੋਵੇ ਤਾਂ ਨਰਸਿਮਹਾ ਰਾਓ ਜੀ ਨੇ ਵੀ ਇਸ 10% ਦੀ ਰਾਖਵੇਂ ਦੀ ਨੋਟੀਫਿਕੇਸ਼ਨ ਕੀਤੀ ਸੀ, ਲੇਕਿਨ ਉਹ ਲੀਗਲੀ ਸਟੈਂਡ ਨਹੀਂ ਕੀਤੀ। ਉਹਦਾ ਇੱਕ ਕਾਰਨ ਸੀਗਾ, ਕੰਸਟੀਟਿਊਸ਼ਨ ਦਾ ਜਿਹੜਾ ਆਰਟੀਕਲ 15 ਔਰ 16 ਹੈਗਾ ਉਹਦੇ ਵਿੱਚ ਜਦ ਤੱਕ ਤੁਸੀਂ ਉਹਦੇ 'ਚ ਕੀ ਹੈਗਾ ਕਿ ਇਟਸ ਸੋਸ਼ਲੀ ਐਂਡ ਐਜੂਕੇਸ਼ਨਲੀ ਬੈਕਵਰਡ ਜਿਹੜੇ ਕੈਟਾਗਰੀਜ ਹੈਗੀਆਂ ਨੇ ਉਹ ਸਿਰਫ ਉਹ ਚਾਹੀਦੀ ਸੀ, ਉਹਦੇ 'ਚ ਬਾਕੀ ਜਿਹੜੇ SC ST ਵਗੈਰਾ ਉਹ ਸਰਕਾਰ ਦੀ ਵਿਚਾਰੀ ਨਹੀਂ ਹੈਗੀ। ਤੁਹਾਡੀ ਸਰਕਾਰ ਨੇ ਪਾਰਲੀਮੈਂਟ 'ਚ ਇਹ ਨਹੀਂ ਦੱਸਿਆ ਕਿ ਇਹਦੇ ਬੈਨੀਫਿਸ਼ੀਅਰੀ ਕਿੰਨੇ ਹੋਣਗੇ, ਮੈਂ ਕਹਿੰਦੀ ਕੋਈ ਡਾਟਾ ਨਹੀਂ ਸਰਕਾਰ ਨੇ ਦਿੱਤਾ। ਸੁਣ ਲਓ ਨਾ ਮੇਰੀ ਗੱਲ ਤੇ ਪੂਰੀ ਸੁਣ ਲਓ, ਉਹਦੇ ਵਿੱਚ ਕੀ ਹੈਗਾ ਹੁਣ ਜਿਹੜਾ ਅਮੈਂਡਮੈਂਟ ਕੀਤੀ ਹੈ ਕੰਸਟੀਟਿਊਸ਼ਨ ਜਿਹੜੇ ਉਦੋਂ ਟੁੱਟੇ ਸੀ ਨਾ, ਜਿੰਨੇ ਵਾਰੀ ਸਟੇਟ ਗਵਰਨਮੈਂਟਸ ਨੇ ਵੀ ਕਈਆਂ ਨੇ ਕੀਤਾ ਜਾਂ ਉਹ ਕੀਤਾ, ਉਹ ਇਸ ਕਰਕੇ ਟੁੱਟ ਜਾਂਦਾ ਸੀਗਾ ਕਿ ਉਹਦੇ 'ਚ ਕੰਸਟੀਟਿਊਸ਼ਨ 'ਚ ਪ੍ਰੋਵੀਜ਼ਨ ਹੀ ਹੈ ਨਹੀਂ ਸੀਗਾ, ਇਸ ਕਰਕੇ ਉਹ ਟੁੱਟ ਜਾਂਦਾ ਸੀਗਾ। ਸਾਡੀ ਸਰਕਾਰ ਨੇ ਉਸ ਗੱਲ ਨੂੰ ਸੇਫਗਾਰਡ ਕਰਨ ਲਈ ਕਿ ਇਹ ਈਵਨ ਇਫ ਇਟ ਗੋਸ ਟੂ ਦਾ ਸੁਪਰੀਮ ਕੋਰਟ ਉੱਥੇ ਇਹ ਟੁੱਟੇ ਨਾ ਜੀ, ਇਸ ਕਰਕੇ ਪਹਿਲਾਂ ਕੰਸਟੀਟਿਊਸ਼ਨ ਅਮੈਂਡਮੈਂਟ ਕੀਤੀ ਹੈ ਜੀ 15 ਔਰ 16 ਦੇ ਵਿੱਚ, ਉਹਦੇ ਵਿੱਚ ਐਜੂਕੇਸ਼ਨਲੀ ਦੇ ਨਾਲ ਇਹ ਲੋਕਾਂ ਨੂੰ ਜੋੜਿਆ ਗਿਆ, ਐਜੂਕੇਸ਼ਨਲ ਔਰ ਇੰਪਲੋਇਮੈਂਟ ਦੇ ਕੈਟਾਗਰੀ ਵਾਸਤੇ ਅਲੱਗ ਉਹਦਾ ਬਣਾਇਆ ਹੈਗਾ, ਕਲੌਜ਼ ਐਡ ਕੀਤੀ ਹੈ। ਇਸ ਕਰਕੇ ਮੈਂ ਯਕੀਨ ਨਾਲ ਕਹਿ ਸਕਦਾ, ਬਾਕੀ ਠੀਕ ਹੈ ਸੋ ਚੈਲੇਂਜ ਤੇ ਕੋਈ ਵੀ ਚੀਜ਼ ਕਰ ਸਕਦੇ ਹੋ ਤੁਸੀਂ ਕੋਰਟ ਦੇ ਵਿੱਚ, ਲੇਕਿਨ ਮੈਂ ਇਹ ਯਕੀਨ ਨਾਲ ਕਹਿ ਸਕਦਾ ਕਿ ਜਿਹੜੀ ਇਹ ਬੈਨੀਫਿਟ ਜਨਰਲ ਕੈਟਾਗਰੀ ਇਰਰਿਸਪੈਕਟਿਵ ਆਫ ਰਿਲੀਜਨ ਇਰਰਿਸਪੈਕਟਿਵ ਆਫ ਕਾਸਟ ਜਿਹੜਾ ਦਿੱਤਾ ਹੈਗਾ ਜਨਰਲ ਕੈਟਾਗਰੀ ਜਿਹੜੀ ਕਿ ਜਿਹਨਾਂ ਨੂੰ ਆਲਰੇਡੀ ਰਿਜ਼ਰਵੇਸ਼ਨ ਮਿਲ ਰਹੀ ਸੀ, ਉਹਨਾਂ ਤੋਂ ਬਾਅਦ ਜਿਹੜੇ ਵੀ ਲੋਕ ਰਹਿੰਦੇ ਸੀਗੇ ਉਹਨਾਂ ਜਿਹੜਾ 10% ਦਾ ਸਰਕਾਰ ਨੇ ਮੋਦੀ ਸਰਕਾਰ ਨੇ ਜਿਹੜਾ ਰਿਜ਼ਰਵੇਸ਼ਨ ਦਾ ਬਿੱਲ ਲਿਆਂਦਾ ਹੈਗਾ ਔਰ ਹੁਣ ਰਾਜ ਸਭਾ 'ਚ ਵੀ ਪਾਸ ਹੋ ਗਿਆ, ਲੋਕ ਸਭਾ 'ਚ ਪਾਸ ਹੋ ਗਿਆ, ਕੱਲ੍ਹ ਪਰਸੋਂ ਤੱਕ ਉਹਦਾ
ਇਨ ਓਪਰੇਸ਼ਨ ਵੀ ਆ ਜਾਏਗਾ। ਇਸਦੇ ਵਾਸਤੇ ਅਸੀਂ ਸਾਰੇ ਦੇਸ਼ ਦੀ ਜਨਤਾ ਬਹੁਤ ਖੁਸ਼ ਹੈ। ਅਸੀਂ ਸਾਰੇ ਇਸ ਗੱਲ ਦੀ ਨਰਿੰਦਰ ਮੋਦੀ ਜੀ ਸਰਕਾਰ ਨੂੰ ਵਧਾਈ ਦਿੰਦੇ ਹਾਂ। ਮਿਲ ਜੂ ਸਾਰੇ ਨੌਕਰੀਆਂ ਤੇ ਲੱਗਣਗੇ। ਚਲੋ ਮੈਂ ਟਿੱਪਣੀ ਲੈ ਲਾਂ। ਸਰਕਾਰ ਨੇ ਹੱਦ ਰੱਖੀ ਹੈ 8 ਲੱਖ ਤੋਂ ਪਹਿਲਾਂ ਦੀ, ਬਿਲਕੁਲ, ਜਿਨ੍ਹਾਂ ਦੀ 8 ਲੱਖ ਦੀ ਸਾਲਾਨਾ ਆਮਦਨ ਹੈ। ਇਹ ਵੱਡੀ ਵੱਡੀ ਸ਼ਰਤ ਹੈ ਜਿਹਨੂੰ ਲੈ ਕੇ ਸਾਰੇ ਲੋਕ ਬੜੇ ਖੁਸ਼ ਨੇ, ਪਰ ਸਰਕਾਰ ਕੋਲ ਆਂਕੜਾ ਨਹੀਂ ਕਿ ਕਿੰਨੇ ਲੋਕਾਂ ਨੂੰ ਇਹਦਾ ਬੈਨੀਫਿਟ ਮਿਲੇਗਾ। 8 ਲੱਖ ਦੀ ਜਿਹੜੀ ਸਾਲਾਨਾ ਆਮਦਨ ਵਾਲੇ ਨੇ ਉਹ ਲੋਕ ਕਿੰਨੇ ਨੇ ਮੁਲਕ 'ਚ, ਇਹਦਾ ਆਂਕੜਾ ਕਿਸੇ ਕੋਲ ਨਹੀਂ। ਕੀ ਹੁਣ ਇਹ ਮੰਨਿਆ ਜਾਵੇ ਕਿ ਜਿਹੜੇ ਜਿਹੜੇ 8 ਲੱਖ ਤੋਂ ਘੱਟ ਕਮਾ ਰਹੇ ਨੇ ਉਹ ਸਾਰੇ ਗਰੀਬ ਹੈ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਰਿਜ਼ਰਵੇਸ਼ਨ ਇੱਕ ਇੱਦਾਂ ਭਖਦਾ ਮੁੱਦਾ ਹੈ। ਹਰ ਵਾਰੀ 5-7 ਸਾਲ ਬਾਅਦ ਸੜਕਾਂ 'ਤੇ ਲੋਕ ਆਉਂਦੇ ਆ, ਸਟੂਡੈਂਟ ਆਉਂਦੇ ਆ, ਮਾਰਕਾਟ ਮੱਚਦੀ ਹੈ ਇੱਕ ਦੂਜੇ ਨਾਲ। 68 ਸਾਲਾਂ 'ਚ ਅਸੀਂ ਰਿਜ਼ਰਵੇਸ਼ਨ ਨਾਲ ਸਿਰਫ ਅਤੇ ਸਿਰਫ ਹੋਰ ਰਿਜ਼ਰਵੇਸ਼ਨ ਮੰਗਣ ਵਾਲੇ ਪੈਦਾ ਕੀਤੇ ਨੇ ਜੀ, ਨਵੀਆਂ ਤਰ੍ਹਾਂ ਰਿਜ਼ਰਵੇਸ਼ਨ ਮੰਗ ਰਹੀਆਂ ਨੇ। ਹਾਂ, ਇਹ ਹਾਰਟ ਬਰਨ ਹੋ ਰਿਹਾ ਸੀ ਵੀ ਅਸੀਂ ਜੇ ਗਰੀਬ ਹਾਂ ਪਰ ਅਸੀਂ ਉਸ ਕਾਸਟ 'ਚੋਂ ਨਹੀਂ ਹਾਂ ਤਾਂ ਸਾਨੂੰ ਵੀ ਮਿਲਣਾ ਚਾਹੀਦਾ। ਗੱਲ ਸੀ ਵੀ ਇਕਨੋਮਿਕਲੀ ਬੈਕਵਰਡ ਨੇ, ਜਿਨ੍ਹਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਮਾੜੀ ਹੈ ਉਹਨਾਂ ਨੂੰ ਰਿਜ਼ਰਵੇਸ਼ਨ ਚਾਹੀਦੀ, ਅਤੇ ਆਪਾਂ ਨੂੰ ਸਾਰਾ ਸਿਸਟਮ ਉੱਧਰ ਨੂੰ ਲੈ ਕੇ ਜਾਣਾ ਚਾਹੀਦਾ। ਜਦੋਂ ਇੱਥੇ ਤੱਕ ਪ੍ਰੋਜੈਕਟ ਕਰ ਰਹੇ ਵੀ ਆਪਾਂ ਸਵਰਨਾ ਨੂੰ ਦੇ ਰਹੇ, ਸਵਰਨਾ ਨੂੰ ਨਹੀਂ ਦੇ ਰਹੇ, ਆਪਾਂ ਇਕਨੋਮਿਕਲੀ ਬੈਕਵਰਡ ਨੂੰ ਦੇ ਰਹੇ ਹਾਂ, ਜਿਹੜਾ ਚੰਗਾ ਸਟੈਪ ਹੋਣਾ ਚਾਹੀਦਾ ਮੇਰੇ ਖਿਆਲ 'ਚ, ਵਧੀਆ ਸਵਾਗਤਯੋਗ ਹੈ। ਪਰ ਦੋ ਚੀਜ਼ਾਂ ਇੱਥੇ ਜਿਹੜੀਆਂ ਆ ਗਈਆਂ, ਇੱਕ ਤਾਂ ਸਰਕਾਰ ਨੇ ਪਿਟਾਰਾ ਖੋਲ੍ਹਤਾ ਫਰਦਰ ਵੀ ਅੱਗੇ ਸੁਪਰੀਮ ਕੋਰਟ ਦਾ ਰਾਈਡਰ ਸੀ ਵੀ 50% ਤੋਂ ਉੱਪਰ ਨਹੀਂ ਜਾਂਦੇ, ਹੁਣ ਸਰਕਾਰ ਨੇ ਪਟਾਰਾ ਖੋਲ੍ਹਤਾ ਵੀ 50% ਤੋਂ ਉੱਪਰ ਤਾਂ ਅਸੀਂ ਅਮੈਂਡ ਕਰਦੇ ਜਾਵਾਂਗੇ ਕੰਸਟੀਟਿਊਸ਼ਨ, ਕੱਲ੍ਹ ਨੂੰ 10-13 ਹੋਰ ਖੜੀਆਂ ਹੋਣਗੀਆਂ, ਸਾਨੂੰ ਵੀ 5 ਦਿਓ, ਸਾਨੂੰ ਵੀ 5 ਦਿਓ, ਅਤੇ ਇਹ 70 'ਤੇ ਰੁਕੂ, 75 'ਤੇ ਰੁਕੂ, ਤਾਂ 80 'ਤੇ ਰੁਕੂ ਜਾਂ ਕਿੱਥੇ ਰੁਕੂ, ਇਹਦਾ ਕੋਈ ਪਤਾ ਨਹੀਂ। ਦੂਸਰਾ ਜਿਹੜਾ ਆਪਾਂ ਗਰੀਬ ਦੀ ਗੱਲ ਕਰਦੇ ਹਾਂ, 8 ਲੱਖ ਵਾਲੇ ਨੂੰ ਸਰਕਾਰ ਕਹਿੰਦੀ ਹੈ 20% ਇਨਕਮ ਟੈਕਸ ਦਿਓ। ਜਿਹੜਾ ਬੰਦਾ 20% ਇਨਕਮ ਟੈਕਸ ਦੇ ਰਿਹਾ, ਦੂਜੇ ਪਾਸੇ ਉਹਨੂੰ ਤੁਹਾਨੂੰ ਕਹਿੰਦੇ ਅਸੀਂ ਤੁਹਾਡੇ ਰਿਜ਼ਰਵੇਸ਼ਨ ਦੇ ਰਿਹਾ, 8 ਲੱਖ 'ਚ ਤੇ ਤਕਰੀਬਨ ਬਿਨਾਂ ਤਿਆਰੀ ਤੋਂ ਇਮਤਿਹਾਨ ਦੇਣ ਚਲੇ ਗਈ ਸਰਕਾਰ। ਬਿਲਕੁਲ, ਸਰਕਾਰ ਕੋਲੇ ਦੇਖੋ ਅੰਕੜੇ ਸਾਰੇ ਨੇ ਕਿ ਅਸੀਂ ਉਹਨਾਂ ਤੋਂ 20%, ਔਰ ਸਭ ਤੋਂ ਵੱਡਾ ਜਿਹੜੀ ਕੁਆਂਟਿਟੀ ਹੈ ਇਨਕਮ ਟੈਕਸ ਦੇਣ ਵਾਲਿਆਂ ਦੀ ਉਹ 10 ਲੱਖ ਤੱਕ ਹੀ ਨੇ, ਉਦੋਂ ਉੱਪਰ 12 ਲੱਖ, 14 ਲੱਖ, 30 ਲੱਖ ਵਾਲੇ ਗਿਣਤੀ ਬਹੁਤ ਘੱਟ ਹੈ, ਉਹਨਾਂ ਨੂੰ ਤਾਂ ਲੋੜ ਹੀ ਨਹੀਂ। ਚਲੋ, ਉਹਨਾਂ ਨੂੰ ਲੋੜ ਹੀ ਨਹੀਂ, 10 ਲੱਖ ਤੋਂ ਵੱਧ ਕਮਾਉਣ ਦਾ, ਇਹਦਾ ਮਤਲਬ ਯਾਨੀ 80-90% ਲੋਕ ਠੀਕ ਹੈ, ਉਹ ਘਰ ਦੀਆਂ ਕੰਡੀਸ਼ਨ ਨੇ, ਯਾਰਡ ਦੀਆਂ ਕੰਡੀਸ਼ਨ ਨੇ, ਚਲੋ ਉਹਦੇ 'ਚੋਂ ਵੀ ਕੁਛ ਛੱਡ ਦਿਓ ਤੁਸੀਂ ਹੋਰ, 40-50% ਜੇ 10% ਰਿਜ਼ਰਵੇਸ਼ਨ ਵਾਸਤੇ ਲੜਨਗੇ ਤਾਂ ਫਿਰ ਇੱਕ ਤਾਂ ਉਹ ਇਨਸਫੀਸ਼ੀਐਂਟ ਹੋਊਗਾ, ਦੂਜਾ ਉਹਦਾ ਕੋਈ ਫਾਇਦਾ ਤਾਂ ਹੋਣਾ ਹੀ ਹੈ। ਤੀਜੀ ਗੱਲ ਜਿਹੜੀ ਹੈ, ਸਰਕਾਰ ਕੋਲ ਨੌਕਰੀਆਂ ਤਾਂ ਦਿਨੋਂ ਦਿਨ ਘੱਟਦੀਆਂ ਨੇ, ਰਿਜ਼ਰਵੇਸ਼ਨ ਤਾਂ ਸਰਕਾਰੀ 'ਚ ਹੈ ਨਾ, ਸਰਕਾਰੀ ਨੌਕਰੀਆਂ ਤਾਂ ਅੱਜ ਹਰ ਮਹਿਕਮੇ 'ਚ ਖਾਲੀ ਨੇ, ਸਰਕਾਰ ਭਰਤੀ ਕਰਨ ਤੋਂ ਡਰਦੀ ਹੈ, ਚਾਹੇ ਉਹ ਸੈਂਟਰਲ ਗੌਰਮੈਂਟ ਹੈ ਚਾਹੇ ਸਟੇਟ ਗੌਰਮੈਂਟ ਹੈ, ਸਰਕਾਰੀ ਮਹਿਕਮੇ ਜੋਬ ਬਿਲਕੁਲ ਬੰਦ ਨੇ। ਅੱਜ ਸਰਕਾਰ ਦੀ ਵੋਟ ਤੇ ਤੁਹਾਨੂੰ ਲੱਗਦੀ ਹੈ ਕਿ ਤੁਹਾਨੂੰ ਲੱਗਦਾ ਕਿ ਸਰਕਾਰ ਬਹੁਤ ਇਮਾਨਦਾਰ ਹੈ, ਸਰਕਾਰ ਵੋਟ ਨਹੀਂ ਚਾਹੁੰਦੀ, ਉਹ ਕਹਿੰਦੇ ਅਸੀਂ ਕਰਦਾ। ਬਿਲਕੁਲ ਜੀ, ਜੇ ਗੱਲ ਰਿਜ਼ਰਵੇਸ਼ਨ ਇਕਨੋਮਿਕਲੀ ਵੀਕਰ ਵਾਸਤੇ ਹੁੰਦੀ ਤੇ ਪਹਿਲੇ ਸੈਸ਼ਨ 'ਚ ਪਹਿਲਾ ਬਿੱਲ ਲਿਆਉਂਦੇ, ਲਾਸਟ ਸੈਸ਼ਨ 'ਚ ਲਾਸਟ ਬਿੱਲ ਇਹੀ ਹੈ, ਉਹ 3 ਸਟੇਟਾਂ ਦਾ ਜੋ ਹੋਇਆ ਉਹਦੇ ਰਿਐਕਸ਼ਨ ਹੈ ਵੀ ਇੱਕ ਦਾ, ਹੁਣ ਆਪਾਂ ਜਿਹੜੀ ਅਪਰ ਕਾਸਟ ਦੀ ਵੋਟ ਰਿਜ਼ਰਵੇਸ਼ਨ ਦੇ ਮੁੱਦੇ ਤੇ ਜਾ ਰਹੀ ਹੈ ਉਹਨੂੰ ਕਿੱਦਾਂ ਵਾਪਸ। ਚਲੋ ਵਰੁਣ ਮਹਿਤਾ ਦੀ ਥੋੜੀ ਟਿੱਪਣੀ ਲੈ ਲਾਂ, ਫਿਰ ਮੈਂ ਡੀਪੀਆਰਓ ਸਾਹਿਬ ਕੋਲੇ ਜਾਊਂਗਾ। ਤੁਸੀਂ ਕਿਵੇਂ ਦੇਖਦੇ ਹੋ, ਤੁਸੀਂ ਲੋਕ ਸਭ ਕਾਂਗਰਸ ਦਾ ਸਮਰਥਨ ਕਰਨ ਵਾਲੇ ਹੋ, ਪਰ ਮੋਦੀ ਸਾਹਿਬ ਦੇ ਫੈਸਲੇ ਨੂੰ ਤੁਸੀਂ ਕਿਵੇਂ ਵੇਖਦੇ? ਤੁਸੀਂ ਵੀ ਖੁਸ਼ ਹੋ ਵੀ ਅਸੀਂ ਵੀ 10% ਵਾਲੇ ਕੋਟੇ 'ਚ ਆ ਗਏ ਤੇ ਭੰਗੜੇ ਪਾਵਾਂਗੇ? ਮੈਂ ਇੱਕ ਗੱਲ ਬੜੀ ਕਲੀਅਰ ਕਰਦਾ ਡੱਲਾ ਜੀ, ਸਿਰਫ ਜਿਵੇਂ ਕਿ ਪਹਿਲਾਂ ਵੀ ਗੱਲ ਹੋਈ ਕਿ ਸਰਕਾਰ ਨੇ ਜਿਹੜਾ ਲਾਸਟ, ਚਲੋ ਠੀਕ ਹੈ ਕਿ ਸਿੰਘ ਸਾਹਿਬ ਨੇ ਕਿਹਾ ਲਾਸਟ ਸੈਸ਼ਨ ਨਹੀਂ ਲਾਓ, ਸੈਕਿੰਡ ਲਾਸਟ ਲਾ ਲਓ ਅਗਲੇ ਮਹੀਨੇ, ਉਹ ਵੀ ਲਾਸਟ ਸੈਸ਼ਨ ਹੈ। 4 ਸਾਲ 8 ਮਹੀਨੇ ਸਰਕਾਰ ਦੇ ਪੂਰੇ ਹੋ ਗਏ, 88 ਦਿਨ ਰਹਿ ਗਏ ਚੋਣ ਦਾ। ਪਤਾ ਕੀ ਹੈ, 2014 ਦੀ ਜਨਵਰੀ ਫਰਵਰੀ ਤੋਂ ਮਾਰਚ ਤੱਕ ਜਦੋਂ ਮੋਗੇ 'ਚ ਵੀ ਰੈਲੀ ਹੋਈ ਸੀ, ਉਹ ਵੀਡੀਓ ਕੱਢ ਕੇ ਦੇਖ ਲਓ,
ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਤੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਹਿ ਰਹੇ ਸੀ ਕਿ ਸਾਲ 'ਚ 2 ਕਰੋੜ ਨੌਜਵਾਨਾਂ ਨੂੰ ਨੌਕਰੀਆਂ ਦੇਵਾਂਗੇ। ਠੀਕ ਹੈ ਜੀ, ਨੌਕਰੀਆਂ ਦੀ ਗੱਲ ਜਾਂ ਹੁਣ ਇਸ ਟਾਈਮ ਮੈਂ ਰਾਮ ਮੰਦਰ ਦੀ ਗੱਲ ਨਹੀਂ ਕਰਨਾ ਚਾਹੁੰਦਾ, ਮੰਦਰ ਦੇ ਮੁੱਦੇ 'ਤੇ ਜਾਂ ਹੋਰ ਬੜੀ ਲੋਕਾਂ ਨੂੰ ਇੱਕ ਪਿੱਚ ਬਚਾਈ ਗਈ ਕਿ ਲੋਕ ਉਸ ਜਾਲ ਦੇ ਵਿੱਚ ਆਉਣਗੇ, ਵੋਟਾਂ ਪਾਉਣਗੇ ਅਤੇ ਸਰਕਾਰ ਬਣਾਉਣਗੇ। ਹੁਣ 4.5 ਸਾਲ ਦੀ ਜਿਹੜੀਆਂ ਨਾਕਾਮੀਆਂ ਨੇ ਸਰਕਾਰ ਦੀਆਂ, 4 ਸਾਲ 8 ਮਹੀਨੇ ਦੀਆਂ ਜਿਹੜੀਆਂ ਨਾਕਾਮੀਆਂ ਨੇ, ਉਹ ਜਿਹੜੇ ਇਹਨਾਂ ਦੇ ਜਿੰਨੇ ਟੈਸਟ ਸੀ ਸੈਮੀ ਫਾਈਨਲ ਫਾਈਨਲ, ਉਹ ਸਭ 'ਚ ਫੇਲ ਹੋ ਚੁੱਕੀ ਆ। ਅੱਜ ਸਾਹਮਣੇ ਨਤੀਜੇ ਨਜ਼ਰ ਆ ਰਹੇ, ਜਿੱਤਦੇ ਰਹੇ ਪਿਛਲੇ ਵਾਲੀ 3 ਸਟੇਟਾਂ। ਇੱਕ ਚੀਜ਼ ਸੁਣੋ, ਉਹਦਾ ਤੱਕ ਲੋਕਾਂ ਨੂੰ ਸੀ ਕਿ ਹੁਣ ਕੁਝ ਕਰਦੇ ਜਾਂ ਹੁਣ ਕੁਝ ਕਰਦੇ। ਦੇਖੋ ਆਸ ਤੇ ਦੁਨੀਆ ਟਿੱਕੀ ਆ, ਬੱਚੇ ਨੂੰ ਆਪਾਂ ਬਚਪਨ ਤੋਂ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਕਿ ਵੱਡਾ ਹੋ ਕੇ ਕੋਈ ਨਾ ਕੋਈ ਚੰਗਾ ਕਾਰਜ ਕਰੂਗਾ, ਇੱਕ ਆਸ ਤੇ ਆ। ਉਸੇ ਤਰ੍ਹਾਂ ਲੋਕਾਂ ਨੂੰ ਇੱਕ ਆਸ ਸੀ ਕਿ ਕਿਤੇ ਨਾ ਕਿਤੇ ਰਿਜ਼ਲਟ ਸੋਹਣੇ ਲੈ ਕੇ ਆਉਣਗੇ। ਪਰ ਜਦੋਂ ਸਰਕਾਰ ਦੀ ਅੱਖ ਹੁਣ ਜਨਰਲ ਕੈਟਾਗਰੀ ਲਈ ਖੁੱਲ੍ਹੀ ਹੈ, ਜਦੋਂ ਤੁਹਾਨੂੰ ਪਤਾ ਹੈ ਕਿ ਪਿਛਲੇ ਸਾਲ ਅਪ੍ਰੈਲ ਮਹੀਨੇ ਦੇ ਵਿੱਚ ਦੇਸ਼ ਦੇ ਅੰਦਰ ਔਰ ਖਾਸ ਤੌਰ 'ਤੇ ਪੰਜਾਬ ਦੇ ਅੰਦਰ ਰਿਜ਼ਰਵੇਸ਼ਨ ਨੂੰ ਲੈ ਕੇ ਕੀ ਕੁਝ ਹੋਇਆ, ਉਸ ਸਮੇਂ ਜਨਰਲ ਕੈਟਾਗਰੀ ਦੀ ਚਿੰਤਾ ਇਹਨਾਂ ਨੂੰ ਕਿਉਂ ਨਹੀਂ ਆਈ? ਜੇ ਅੱਜ ਵੀ ਸੀ ਤਾਂ ਜਿਹੜਾ 50% ਦਾ ਹੱਕ ਸੀ ਉਹਦੇ 'ਚੋਂ ਹੀ ਕੱਢ ਕੇ ਕੁਝ ਕਰਨਾ ਸੀ, ਜਾਂ ਤਾਂ ਕੋਈ ਨਵਾਂ ਵਾਧਾ ਕਰਕੇ ਦਿੰਦੇ। ਹੋਇਆ ਕੀ ਕਿ 3 ਸਟੇਟਾਂ ਦੀ ਹਾਰ ਨੇ ਇੱਡਾ ਇੱਕ ਬੁਖਲਾਹਟ ਪੈਦਾ ਕਰਤੀ ਹੈ NDA ਦੀ ਸਰਕਾਰ ਦੇ ਵਿੱਚ, ਔਰ ਖਾਸ ਤੌਰ 'ਤੇ ਅੱਜ ਦੁਬਾਰਾ ਤੋਂ ਇਹਨਾਂ ਨੇ ਇੱਕ ਨਵਾਂ ਸ਼ੰਗੂਫਾ ਛੱਡਿਆ ਵਾ ਪਾਰਲੀਮੈਂਟ ਦੀ ਲਾਸਟ ਦਿਨ ਦੇ ਵਿੱਚ ਇੱਕ ਸ਼ੰਗੂਫਾ ਛੱਡਤਾ। ਹੁਣ ਲੋਕਾਂ ਨੂੰ ਇਹ ਹੋਏਗਾ ਕਿ ਜੇ ਤਾਂ ਜਿਵੇਂ ਮੋਦੀ ਸਾਹਿਬ ਦੀ ਹਰੇਕ ਵਰਡਿੰਗ ਤੁਸੀਂ ਚੈੱਕ ਕਰ ਲਓ ਪਿਛਲੇ 2 ਸਾਲ ਤੋਂ ਕਿ ਹਮ ਇਹ ਮਿਸ਼ਨ ਪੂਰਾ ਕਰੇਂਗੇ 2024 ਮੇਂ, ਤੁਸੀਂ ਕਿਉਂ 2022 ਜਾਂ 2024 ਤੱਕ ਤਾਂ ਉਹਨਾਂ ਦੀ ਸਾਰੀਆਂ ਸਟੇਟਮੈਂਟਾਂ ਬਹੁਤ ਨੇ ਐਸੀਆਂ ਯੂਟਿਊਬ 'ਤੇ ਚੱਲ ਰਹੀਆਂ ਜਾਂ ਦੇਖੀਆਂ ਚੈਨਲਾਂ ਰਾਹੀਂ। ਤੁਸੀਂ ਕਿਸੇ 'ਚ ਇਹ ਨਹੀਂ ਕਿਹਾ ਵੀ ਅਸੀਂ  2019 ਤੱਕ ਆਹ ਵੀ ਕੰਮ ਟੀਚਾ ਪੂਰਾ ਕਰ ਦਾਂਗੇ, ਕਿਉਂਕਿ ਅਸੀਂ ਲੋਕਾਂ ਨੂੰ ਜਿਤਾ ਰਹੇ ਹਾਂ ਵੀ ਜੇ ਦੂਜੀ ਵਾਰ ਸਰਕਾਰ ਦਓਗੇ ਤਾਂ ਅਸੀਂ ਕਰਾਂਗੇ, ਇਹ ਤਾਂ ਅਸੀਂ ਆਪਣੀ ਸਿਰਫ ਇੱਕ ਟੈਸਟ ਕਰ ਰਹੇ ਹਾਂ ਜਿਹੜੇ 5 ਸਾਲ ਦੀ ਟਰਮ। ਇੱਕ ਮਿੰਟ, ਹੁਣ ਕੀ ਕੀਤਾ? ਜਦੋਂ ਲਾਸਟ ਤੁਸੀਂ ਦਿਨ ਦੇ ਵਿੱਚ ਆ ਕੇ ਬਿੱਲ ਲਿਆ ਕੇ ਲਾਤਾ, ਅੱਜ ਹਰ ਬੰਦਾ ਚਲੋ ਜੀ ਇਹ ਸੋਚ ਰਿਹਾ ਕਿ ਮੈਂ ਵੀ ਇਸ ਕੈਟਾਗਰੀ 'ਚ ਆ ਗਿਆ, ਮੈਂ ਵੀ ਆ ਗਿਆ, ਮੈਂ ਇਹਦਾ ਹੱਕਦਾਰ ਬਣ ਜਾਵਾਂਗਾ। ਹੁਣ ਤੁਸੀਂ ਉਹਦੇ ਅੰਦਰ ਕਿਤੇ ਨਾ ਕਿਤੇ ਇੱਕ ਨਵੀਂ ਇੱਛਾ ਸ਼ਕਤੀ ਪੈਦਾ ਕਰਤੀ ਆ। ਉਹ ਕਹਿੰਦਾ ਇਹਦਾ ਹੱਕ ਕਦੋਂ ਮਿਲੂਗਾ? ਜੇ ਇੰਪਲੀਮੈਂਟ ਤਾਂ BJP ਸਰਕਾਰ ਨੇ ਕਰਨਾ, ਸਰਕਾਰ ਇੰਪਲੀਮੈਂਟ ਕਦੋਂ ਕਰੇਗੀ? ਜਦੋਂ ਦੁਬਾਰਾ ਤਾਂ ਕੁਰਸੀ 'ਤੇ ਆਏਗੀ, ਕਿਉਂਕਿ ਹਾਲੇ ਤਾਂ ਦੁਬਾਰਾ 15 ਫਰਵਰੀ ਤੱਕ ਦਾ ਜਿਹੜਾ ਦੂਸਰਾ ਸੈਸ਼ਨ ਆ, ਉਸ ਤੋਂ ਬਾਅਦ ਅੱਜ ਤੁਸੀਂ ਆਪਣਾ ਭਾਰਤ ਦੇ ਫਾਈਨਾਂਸ ਮਿਨਿਸਟਰ ਅਰੁਣ ਜੇਟਲੀ ਜੀ ਦਾ ਬਿਆਨ ਵੀ ਪੜ੍ਹ ਲਓ ਕਿ ਫਰਵਰੀ ਮਿਡ ਦੇ ਵਿੱਚ ਕਿਤੇ ਨਾ ਕਿਤੇ ਚੋਣ ਜਾਬਤਾ ਲੱਗ ਜਾਣਾ, ਅਤੇ ਤੁਸੀਂ ਇਹਨੂੰ ਇੰਪਲੀਮੈਂਟ ਕਦੋਂ ਕਰੋਗੇ? ਮਈ ਜੂਨ ਤੋਂ ਬਾਅਦ, ਤਾਂ ਕਿ ਤੁਸੀਂ ਲੋਕਾਂ ਨੂੰ ਇੱਕ ਪਿੱਚ ਸੁੱਟੀ ਹੈ ਕਿ ਜੇ ਤਾਂ ਸਰਕਾਰ ਜਾ ਕੇ ਕਰ ਦਾਂਗੇ, ਨਹੀਂ ਤਾਂ ਫਿਰ ਜਿਵੇਂ ਪਹਿਲਾਂ ਡੱਬਾ ਬੰਦ ਹੈ ਉਹੀ ਪੈਕਟ ਰਹਿ ਜਾਂਦੇ। ਚਲੋ ਦਰਸ਼ਨ ਸਿੰਘ ਜੀ, ਅਰਵਿੰਦ ਕੇਜਰੀਵਾਲ ਨੇ ਬਹੁਤ ਵੱਡੀ ਸਟੇਟਮੈਂਟ ਦਿੱਤੀ ਹੈ। ਉਹ ਕਹਿੰਦੇ BJP ਨੇ RSS ਦੇ ਏਜੰਡੇ 'ਤੇ ਚੱਲ ਕੇ ਫੈਸਲਾ ਕੀਤਾ BJP, ਔਰ ਉਹਨਾਂ ਨੇ ਕਿਹਾ ਕਿ RSS ਦੀ ਸੋਚ ਇਹ ਹੈ ਕਿ ਅਸੀਂ ਜਿਹੜਾ ਜਾਤੀ ਆਧਾਰਿਤ ਸਾਡਾ ਰਿਜ਼ਰਵੇਸ਼ਨ ਚੱਲ ਰਿਹਾ, SC ਕੈਟਾਗਰੀ ਹੋ ਗਈ, BC ਭਾਈਚਾਰੇ ਵਾਲੇ ਹੋ ਗਏ, ਇਹ ਸਾਰੇ ਦਲਿਤ ਭਾਈਚਾਰੇ ਵਾਲੇ ਹੋ ਗਏ, ਕੇਜਰੀਵਾਲ ਕਹਿੰਦੇ ਕਿ ਉਹਨਾਂ ਦਾ ਹੌਲੀ ਹੌਲੀ ਆਰਕਸ਼ਣ ਖਤਮ ਕਰਕੇ BJP ਇਸ ਨਵੇਂ ਤਰ੍ਹਾਂ ਦੇ ਆਰਕਸ਼ਣ ਨੂੰ ਅੱਗੇ ਲਿਆਉਣਾ ਚਾਹੁੰਦੀ ਹੈ। ਕੇਜਰੀਵਾਲ ਨੇ ਮੈਨੂੰ ਨਹੀਂ ਸਮਝ ਆਇਆ ਟਿੱਪਣੀ ਕਿਉਂ ਦਿੱਤੀ। ਦੇਖੋ, ਜਿੱਥੋਂ ਤੱਕ ਕੇਜਰੀਵਾਲ ਨੇ ਜੋ ਪਹਿਲਾਂ ਵੀ ਸਟੇਟਮੈਂਟ ਦਿੱਤੀ ਹੈ ਉਹਦੇ ਵਿੱਚ ਉਹਨਾਂ ਨੇ ਇਸ ਦੀ ਸਪੋਰਟ ਕੀਤੀ ਹੈ ਜੀ, ਪਾਰਟੀ ਨੇ ਵੋਟ ਵੀ ਪਾਈ ਹੈ ਜੀ, ਅਤੇ ਇਹਦੇ ਹੱਕ ਦੇ ਵਿੱਚ ਪਾਈ ਹੈ, ਅੱਛਾ ਫੈਸਲਾ ਮਿਲਣਾ ਚਾਹੀਦਾ। ਪਰ ਜਿਹੜਾ ਪੁਆਇੰਟ ਮੇਨ ਹੈ ਉਹ ਇਹ ਹੈ ਕਿ BJP ਨੇ ਜਿਸ ਬੁਖਲਾਹਟ ਦੇ ਵਿੱਚ ਦਿੱਤਾ, ਜਿਸ ਇੰਟੈਂਸ਼ਨ ਨਾਲ ਦਿੱਤਾ, ਉਹ ਸਾਰੇ ਦੇਸ਼ ਨੂੰ ਪਤਾ ਹੈ। ਲਾਸਟ ਦਿਨ 'ਤੇ ਦਿੱਤਾ ਅਤੇ ਬਿਨਾਂ ਕਿਸੇ ਫੋਰਮ 'ਤੇ ਵਿਚਾਰੇ ਤੋਂ ਦਿੱਤਾ, ਅਤੇ ਉਹਦੇ ਵਿੱਚ ਜਿਹੜੀਆਂ ਹੁਣ ਇੰਨੀਆਂ ਜ਼ਿਆਦਾ ਡਿਸਕਰਪੈਂਸੀਜ਼ ਨੇ। ਮੇਨ ਮੁੱਦਾ ਇਹ ਹੈ ਕਿ ਜਿਹੜਾ ਇਹ ਦਿੱਤਾ ਗਿਆ ਇਹਦੇ ਵਿੱਚ
ਤਿੰਨ ਚਾਰ ਪੁਆਇੰਟ ਉਹਨਾਂ ਨੇ ਪਾਤੇ। ਇੱਕ ਤਾਂ ਕਟੇਰੀਆ ਚਾਹੀਦਾ ਸੀ, 8 ਲੱਖ ਦਾ ਕਟੇਰੀਆ ਪੈ ਗਿਆ, ਗੱਲ ਖਤਮ ਹੋ ਗਈ। 8 ਲੱਖ ਦਾ ਕਟੇਰੀਏ ਦੀ ਜਿਹੜੀ ਇਨਕਮ ਹੈ ਉਹ ਇੱਕ ਉਹਨਾਂ ਨੇ ਲਾਤਾ, ਮਾਰਗੋ ਲਾਤਾ। ਉਹਦੇ ਤੋਂ ਬਾਅਦ ਜਿਹੜਾ ਕੋਈ ਵੀ ਬੰਦਾ ਕੰਮ ਕਰਦਾ ਉਹਦੇ ਕੋਲ ਕੋਈ ਪ੍ਰੋਪਰਟੀ ਆ, ਜਦ ਅੱਜ ਦੀ ਤਰੀਕ ਦੇ ਵਿੱਚ ਉਹਦੇ ਕੋਲ 8 ਲੱਖ ਤੋਂ ਘੱਟ ਇਨਕਮ ਆ, ਉਸਨੂੰ ਇਹ ਜਿਹੜੀ ਸਹੂਲਤ ਹੈ ਮਿਲਣੀ ਚਾਹੀਦਾ, ਕਨਸੈਸ਼ਨ ਮਿਲਣਾ ਚਾਹੀਦਾ। ਅਤੇ ਹੁਣ ਇਹਦੇ ਵਿੱਚ ਤੁਸੀਂ ਫਾਰਮਰ ਦੀ ਲੈ ਲਓ, ਨਾਲ ਉਹਦੇ 'ਤੇ ਸੀਲਿੰਗ ਲਾਤੀ ਕਿ 5 ਏਕੜ ਹੋਏਗਾ। 5 ਏਕੜ ਵਾਲੇ ਫਾਰਮਰ ਦੀ ਜਿਹੜੀ ਹੈਗੀ ਆ 10 ਏਕੜ ਵਾਲੇ ਨੂੰ ਵੀ ਘਾਟਾ ਪੈਂਦਾ, ਆਮਦਨ ਨਹੀਂ ਹੈ। ਅਤੇ 5 ਇਹਦਾ ਮਤਲਬ ਕੀ ਹੋਇਆ ਕਿ 10-8 ਲੱਖ ਵਾਲਾ ਜਿਹੜਾ ਤੁਹਾਡਾ ਕਟੇਰੀਆ ਖਤਮ ਹੋ ਗਿਆ। 8 ਲੱਖ ਜਿਹਦੀ ਆਮਦਨ ਨਹੀਂ ਹੈ ਉਹਨੂੰ ਸਹੂਲਤ ਨਹੀਂ ਮਿਲੀ 8 ਲੱਖ ਤੱਕ। ਅਤੇ ਇਸ ਕਰਕੇ ਬਣਦੀ ਨਹੀਂ 10 ਏਕੜ ਵਾਲੇ ਦੀ ਵੀ ਜੀ। 10 ਏਕੜ ਵਾਲੇ ਕਿਸਾਨ ਦੀ ਸਾਡੇ ਜਿੰਨੇ ਸਟੈਟਿਸਟਿਕ ਨੇ ਉਹਦੇ ਮੁਤਾਬਕ, ਸੁਬਰਾਮਨੀਅਮ ਸਵਾਮੀ ਦੀ ਰਿਪੋਰਟ ਦੇ ਮੁਤਾਬਕ ਉਹਦੀ ਇਹ ਇਨਕਮ ਨਹੀਂ ਬਣਦੀ। ਦੂਸਰੀ ਗੱਲ ਆ ਗਈ ਜੀ, ਇਹਦਾ ਇਹ ਪਲਾਟ ਕਰਤਾ ਜੀ ਸ਼ਹਿਰ ਦੇ ਅੰਦਰ, ਇੰਨੇ 100 ਗਜ਼ ਦਾ ਪਲਾਟ। ਅਤੇ ਹੁਣ ਪਲਾਟ ਜੇ ਕਿਸੇ ਬੰਦੇ ਦੇ ਕੋਲ ਹੈਗਾ ਅਤੇ ਉਹ ਬੰਦਾ ਗਰੀਬ ਹੈ ਤਾਂ ਉਹਦੀ ਬੜੀ ਬਦਕਿਸਮਤੀ ਹੈ ਕਿ ਉਹਦੇ ਬੱਚੇ ਨੂੰ ਮਿਲਣੇ ਨਹੀਂ। ਇਸ ਕੈਟਾਗਰੀ ਜਿਹੜੀ ਇਹਨਾਂ ਨੇ ਲਾਈ ਹੈ ਸਾਰੀਆਂ, ਉੱਤੇ ਪੁਆਇੰਟ ਲਾ ਦਿੱਤੇ, ਰਿਸਟ੍ਰਿਕਸ਼ਨਾਂ ਲਾ ਦਿੱਤੀਆਂ, ਉਹਦੇ ਨਾਲ ਤਾਂ ਮੈਨੂੰ ਲੱਗਦਾ ਕਿ ਬਹੁਤ ਹੀ ਘੱਟ ਲੋਕਾਂ ਨੂੰ ਇਹਦਾ ਫਾਇਦਾ ਹੋਏਗਾ। ਪਰ ਲੋਕ ਜਿਹੜੇ ਨੇ ਦੇਸ਼ ਦੇ ਇਸ ਮਾਮਲੇ ਦੇ ਵਿੱਚ ਬੜੇ ਸਿਆਣੇ ਨੇ, ਇਹਨਾਂ ਨੂੰ ਉਹਦਾ ਕੋਈ ਇਹਦਾ ਲਾਭ ਨਹੀਂ ਹੋਏਗਾ। ਜਾਤੀ ਬਾਈ ਇੱਕ ਮਿੰਟ, ਸਿੰਘ ਜੀ, ਜਿੱਥੋਂ ਤੱਕ ਤੁਸੀਂ ਕੁਐਸਚਨ ਕੀਤਾ ਹੈਗਾ ਕਿ ਇਹ ਇੱਕ ਏਜੰਡਾ ਜਿਹੜਾ RSS ਦਾ ਇਹ ਲਾਗੂ ਹੋ ਰਿਹਾ ਹੈ, RSS ਦੇ ਏਜੰਡੇ ਦੇ ਉੱਤੇ BJP ਚੱਲਦੀ ਹੈ ਅਤੇ ਦੇਸ਼ ਦੇ ਵਿੱਚ ਕੀ ਨਹੀਂ ਹੋ ਰਿਹਾ, ਇਹਨਾਂ ਨੇ ਤਾਂ ਕਿਸੇ ਨੂੰ ਫਾਇਦਾ ਲੈਣ ਹੀ ਨਹੀਂ ਦੇਣਾ ਜੀ। ਅਤੇ 8 ਲੱਖ ਦਾ ਇੱਕ ਪਾਸੇ ਲਾਉਂਦੇ ਹੋ, ਇੱਕ ਪਾਸੇ ਤੁਸੀਂ ਉਹਦੇ 100 ਗਜ਼ ਦਾ ਲਾਤਾ, ਇਹ 1000 ਸਕੇਅਰ ਫੁੱਟ ਦਾ ਜਿਹੜਾ ਹੈਗਾ ਉਹਦਾ ਮਕਾਨ ਹੈ ਉਹ ਉਹਨੂੰ ਵੀ ਨਹੀਂ ਮਿਲਣਾ, ਇਹ ਤਾਂ ਸਾਰਿਆਂ ਦੇ ਕੋਲ ਹੀ ਨੇ। ਇਹ ਤਾਂ ਤੁਸੀਂ ਫਿਰ ਇਹ ਤਾਂ ਉਹਨਾਂ ਲਈ ਹੈ, ਉਹਨਾਂ ਲਈ ਹੈ ਜਿਹਨਾਂ ਦੇ ਬੱਚੇ ਝੁੱਗੀ ਝੌਂਗੜੀ ਵਾਲਿਆਂ ਦੇ ਪੜ੍ਹਨੇ ਹੀ ਨਹੀਂ, ਨਾ ਉਹਨਾਂ ਨੂੰ ਨੌਕਰੀ ਦੇ ਵਿੱਚ ਰਿਜ਼ਰਵੇਸ਼ਨ ਲੈਣੀ ਆ, ਉਹਨਾਂ ਨੂੰ ਤਾਂ ਮਿਲਣੀ ਚਾਹੀਦੀ ਹੈ। ਨਹੀਂ ਨਹੀਂ, ਉਹਨਾਂ ਨੂੰ ਮਿਲਣੀ ਇਸ ਕਰਕੇ ਨਹੀਂ, ਪੜ੍ਹਨੇ ਹੀ ਨਹੀਂ, ਉਹ ਪੜ੍ਹਨੇ। ਮੈਂ ਸਵਾਲ ਨਾਲ ਲੈ ਲਓ ਮੈਂ ਕਹਿੰਦਾ BJP ਨੇ, ਮੈਨੂੰ ਇਹ ਲੱਗਦਾ ਕਿ BJP ਨੇ ਤਿਆਰੀ ਨਹੀਂ ਕੀਤੀ। BJP ਦੇ ਕਿਸੇ ਲੀਡਰ ਨੇ ਅੱਜ ਤੱਕ ਇਹ ਅੰਕੜੇ ਨਹੀਂ ਸਪਸ਼ਟ ਕੀਤੇ ਕਿ ਦੇਸ਼ ਦੇ ਕਿੰਨੇ ਲੋਕਾਂ ਨੂੰ ਇਹ ਬੈਨੀਫਿਟ ਮਿਲੇਗਾ। ਇਹਦਾ ਮਤਲਬ ਇਸੇ ਕਰਕੇ ਸ਼ੱਕ ਪੈਦਾ ਹੁੰਦਾ ਕਿ ਤੁਸੀਂ ਗੱਲ ਤਾਂ ਵੱਡੀ ਕਰਤੀ ਪਰ ਕੀ ਉਹ ਇੰਪਲੀਮੈਂਟ ਹੋਏਗੀ ਜਾਂ ਨਹੀਂ ਹੋਏਗੀ, ਸਵਾਲ ਇਹ ਬਹੁਤ ਵੱਡਾ, ਕਿਉਂਕਿ ਇਤਿਹਾਸ ਪੋਲੀਟੀਕਲ ਪਾਰਟੀਆਂ ਦਾ ਜ਼ਿਆਦਾ ਚੰਗਾ ਨਹੀਂ। ਖਾਤਿਆਂ 'ਚ ਲੋਕ ਉਡੀਕੀ ਜਾ ਰਹੇ ਸੀ ਪੈਸੇ, 2 ਕਰੋੜ ਨੌਕਰੀਆਂ ਵਾਲੀ ਗੱਲ ਵੀ ਹੈ ਉਹ ਵੀ ਲੋਕ ਉਡੀਕੀ ਜਾ ਰਹੇ ਸੀ, ਰੁਜ਼ਗਾਰ ਲੋਕ ਉਡੀਕੀ ਜਾ ਰਹੇ ਸੀ, ਭਰੋਸਾ ਜਿਹਾ ਬਣਦਾ ਨਹੀਂ। ਇਸ ਕਰਕੇ ਜੇ ਸਰਕਾਰ ਅੰਕੜੇ ਦੇ ਦਿੰਦੀ ਵੀ ਮੁਲਕ ਦੇ 4 ਕਰੋੜ ਲੋਕਾਂ ਨੂੰ ਫਾਇਦਾ ਹੋਊਗਾ, ਇਸੇ ਗੱਲ 'ਤੇ ਆ ਕੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਸ਼ੱਕ ਹੋ ਰਿਹਾ BJP ਦੀ ਮਨਸ਼ਾ 'ਤੇ। ਪਹਿਲੀ ਗੱਲ ਤਾਂ ਮੈਂ ਪੂਰੀ ਜ਼ਿੰਮੇਵਾਰੀ ਨਾਲ ਇਹ ਦੇਸ਼ ਦੀ ਜਨਤਾ ਨੂੰ ਔਰ ਮੇਰੇ ਜਿਹੜੇ ਇੱਥੇ ਵੀਰ ਬੈਠੇ ਨੇ ਇਹਨਾਂ ਨੂੰ ਆਸ਼ਵਾਸਨ ਦਿੰਦਾ ਵਾਂ, ਆਪਣੀ ਪਾਰਟੀ ਵੱਲੋਂ ਵੀ, ਆਪਣੀ ਸਰਕਾਰ ਵੱਲੋਂ ਵੀ, ਕਿ ਇਹਦੀ ਇੱਕ ਗੱਲ ਜਿਹੜੀ ਹੈਗੀ ਹੈ ਉਹ ਇੰਪਲੀਮੈਂਟੇਸ਼ਨ ਦੇ ਵਿੱਚ ਆਏਗੀ, ਇਹ 'ਚ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਹੈ ਜੀ। ਕਿਉਂਕਿ ਅਸੀਂ ਕਿਸੇ ਤਰ੍ਹਾਂ ਦਾ ਇਹਦੇ 'ਚ ਕੋਈ ਉਲਾ ਨਹੀਂ ਗਾ। ਜਿਹੜੀ ਇਹ ਕੰਡੀਸ਼ਨਾਂ ਦੀ ਗੱਲ ਕਰਦੇ ਨੇ, ਕੋਈ ਵੀ ਤੁਸੀਂ ਪਾਲਿਸੀ ਬਣਾਓ ਠੀਕ ਹੈ, ਉਹਦੇ 'ਚ ਕੁਝ ਸਰਟਨ ਕੰਡੀਸ਼ਨਸ ਰੱਖਣੀਆਂ ਪੈਣਗੀਆਂ। ਮੇਰੇ ਵੀਰ ਇਸ ਗੱਲ ਨੂੰ ਭੁੱਲ ਗਏ ਕਿ ਅਸੀਂ ਇਹ ਕਹਿ ਰਹੇ ਹਾਂ ਕਿ ਜਿਹੜੇ ਇਕਨੋਮਿਕਲੀ ਵੀਕਰ ਸੈਕਸ਼ਨਸ ਆਫ ਦ ਸੋਸਾਇਟੀ ਹੈਗੇ ਨੇ, ਜਿਹੜੇ ਕਿ ਆਲਰੇਡੀ ਰਿਜ਼ਰਵੇਸ਼ਨ ਤੋਂ ਬਾਹਰ ਨੇ, ਅਸੀਂ ਜਿਹੜੀ ਪਹਿਲਾਂ ਆਲਰੇਡੀ ਰਿਜ਼ਰਵੇਸ਼ਨ ਮਿਲ ਰਹੀ ਆ ਉਸ ਨੂੰ ਬਿਲਕੁਲ ਟੱਚ ਨਹੀਂ ਕੀਤਾ, ਨਹੀਂ ਕੀਤਾ, ਉਹ 'ਚ ਨਾ ਕੋਈ ਕਮੀ ਆਏਗੀ ਨਾ ਉਹਦਾ ਕੋਈ, ਅਸੀਂ ਨਹੀਂ
ਜਿਹਨਾਂ ਨੂੰ ਮਿਲ ਰਿਹਾ ਹੈ ਅਸੀਂ ਉਹਨਾਂ ਦਾ ਕਿਸੇ ਛੇੜ ਨਹੀਂ ਸਕਦੇ, ਉਸ ਨੂੰ ਕੋਈ ਨਹੀਂ ਛੇੜਿਆ ਜੀ, ਉਹ ਛੇੜ ਨਹੀਂ ਸਕਦੇ, ਅਸੀਂ ਐਡੀਸ਼ਨਲ ਕੋ ਛੇੜਿਆ, ਉਹਨੂੰ ਤਾਂ ਛੇੜ ਨਹੀਂ ਸਕਦੇ, ਅਸੀਂ ਐਡੀਸ਼ਨਲ 10% ਦਿੱਤਾ ਜੀ, ਐਡੀਸ਼ਨਲ ਜਿਹੜਾ ਪਹਿਲਾਂ 50% ਬਚਿਆ ਸੀ ਉਹ ਦਿੱਤਾ ਨਹੀਂ ਜੀ, ਉਹ ਛੇੜ ਨਹੀਂ, ਇਹ ਕਿੱਥੋਂ ਲਿਆਉਂਦਾ, ਨਹੀਂ ਨਹੀਂ ਸੋ ਮੇਰੀ ਗੱਲ ਸੁਣ, ਮੈਂ ਕਹਿ ਰਿਹਾ ਕਿ ਜਿਹੜੀ ਆਲਰੇਡੀ 50% ਤੱਕ ਦੀ ਰਿਜ਼ਰਵੇਸ਼ਨ ਚੱਲਦੀ ਪਈ ਸੀ ਉਹਨੂੰ ਨਹੀਂ ਛੇੜਿਆ, ਬਾਕੀ 50 ਰਹਿ ਗਏ ਨਾ, ਐਡੀਸ਼ਨ 50 ਚੋਂ ਲਿਆਉਂਦਾ, ਉਹ ਐਡੀਸ਼ਨ ਚੋਂ ਮਿਲਦਾ ਸੀ ਨਾ 100 50 ਚੋਂ 100 ਤੇ 110 ਤਾਂ ਹੋ ਨਹੀਂ ਸਕਦੇ, ਬਿਲਕੁਲ 100 ਚੋਂ ਹੀ ਆ ਰਹੇ ਆ, 50 ਚੋਂ ਦਿੱਤਾ, ਠੀਕ ਹੈ ਨਾ, ਉਹ ਜਨਰਲ ਕੈਟਾਗਰੀ ਕੋਲੇ 50% ਸੀ ਪਹਿਲਾਂ ਹੀ, ਕੱਟੋ ਜਨਰਲ ਕੈਟਾਗਰੀ ਦੇ 50% ਚੋਂ ਤੁਸੀਂ 10% ਉਹਦਾ ਕਰਤਾ, 10% ਉਹਨਾਂ ਅਲੱਗ ਕਰਤਾ, ਜਨਰਲ ਕੈਟਾਗਰੀ ਦੇ ਹੀ ਲੋਕਾਂ ਨੂੰ ਦਿੱਤਾ ਹੈ, ਉਹਨਾਂ ਜਿਹੜੇ ਜਿਹੜੇ ਕਟੌਤੀ ਨਹੀਂ ਜਿਹੜੇ ਜਿਹੜੇ ਉਹਨਾਂ ਚੋਂ ਬਹੁਤ ਗਰੀਬ ਪਰਿਵਾਰ 8 ਲੱਖ ਵਾਲੇ ਜਿਨ੍ਹਾਂ ਜਿਹੜੇ 8 ਲੱਖ ਤੋਂ ਘੱਟ ਕਮਾਉਂਦੇ 8 ਲੱਖ ਜੋ ਬਰਮਰਾ ਸਵਾਲ ਲੈ ਲਓ ਥੋੜੀ ਨਜ਼ਰ ਚ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜਾ 8 ਲੱਖ ਤੱਕ ਕਮਾਉਂਦਾ ਉਹ ਗਰੀਬ ਹੈ, ਆਪਾਂ 1.5 ਲੱਖ ਨੂੰ ਕਰਦੇ 2 ਲੱਖ ਨੂੰ ਕਰਦੇ ਵੀ 2 ਲੱਖ ਤੱਕ ਵਾਲੇ, ਫਿਰ ਤਾਂ ਗੱਲ ਸਮਝ ਆਉਂਦੀ, ਜਿਹੜਾ ਜਿਹੜਾ ਪਰਿਵਾਰ 8 ਲੱਖ ਕਮਾ ਰਿਹਾ ਕੀ ਉਹ ਸੱਚਮੁੱਚ ਗਰੀਬ ਹੈ ਸਾਡੇ ਮੁਲਕ? ਦੇਖੋ ਇੱਕ ਚੀਜ਼ ਤੇ ਤੁਹਾਨੂੰ ਸਮਝ ਕੇ ਚੱਲਣੀ ਪਏਗੀ ਕਿ ਇੱਕ ਬੈਂਚਮਾਰਕ ਤੁਹਾਨੂੰ ਤੈਅ ਕਰਨਾ ਪਏਗਾ, ਛੋਟਾ ਰੱਖ ਲੈਂਦੇ ਜੋ ਸਾਡੇ, ਦੇਖੋ ਇਹਦੇ ਚ ਕੀ ਹੈ, ਨਾ ਸਿਰਫ ਨੌਕਰੀ ਦਾ ਸਵਾਲ ਹੈ ਬਲਕਿ ਇਹਦੇ ਵਿੱਚ ਉਹ ਵੀਕਰ ਸੈਕਸ਼ਨਸ ਆਫ ਦਾ ਸੋਸਾਇਟੀ ਜਿਹੜੇ ਉਸ ਤੋਂ ਵਾਂਝੇ ਨੇ, ਉਹ ਐਡੇ ਤੇ ਅਨਐਡੇਡ ਐਜੂਕੇਸ਼ਨ ਇੰਸਟੀਟਿਊਸ਼ਨਸ ਦੇ ਵਿੱਚ ਵੀ ਉਹਨਾਂ ਨੂੰ ਪੜ੍ਹਨ ਦਾ ਮੌਕਾ ਮਿਲ ਸਕੇ, ਉਹ ਅੱਗੇ ਆ ਸਕਣ, ਅੱਗੇ ਵੱਧ ਸਕਣ ਗਰੀਬ ਆਦਮੀ, ਇਹਦੇ ਮੇਨ ਪ੍ਰੋਵੀਜ਼ਨ ਤੇ ਇਹਦਾ ਇਹ ਹੈ ਇਸ ਨੂੰ ਲਿਆਉਂਦਾ। ਮੈਂ ਸਰ ਗਰੀਬੀ ਦੀ ਪਰਿਭਾਸ਼ਾ ਤੇ ਦੁਚਿੱਤੀ ਖੜੀ ਹੋ ਗਈ ਮੁਲਕ ਦੇ ਵਿੱਚ, ਮੁਲਕ ਦੇ ਵਿੱਚ ਦੁਚਿੱਤੀ ਗਰੀਬੀ ਦੀ ਪਰਿਭਾਸ਼ਾ ਤੇ ਖੜੀ ਹੋ ਗਈ ਵੀ ਕੀ ਮੋਦੀ ਸਾਹਿਬ ਵੀ ਅੱਜ ਭਾਸ਼ਣ ਦੇ ਰਹੇ ਨੇ ਕਿ ਗਰੀਬ ਲੋਕਾਂ ਲਈ ਕੀਤਾ, ਲਿਮਿਟ ਤੁਸੀਂ 8 ਲੱਖ ਰੱਖਤੀ, ਜਾਂ ਤਾਂ ਸਪਸ਼ਟ ਕਰ ਦਿਓ ਕਿ 8 ਲੱਖ ਤੋਂ ਘੱਟ ਭਾਰਤ 'ਚ ਜਿਹੜਾ ਵੀ ਕਮਾ ਰਿਹਾ ਉਹਨੂੰ ਗਰੀਬ ਮੰਨਦੇ। ਦੇਖੋ ਇਹਦੇ ਵਿੱਚ ਕੁਛ ਮੈਂ ਜਿਹੜੀ ਪਹਿਲਾਂ ਗੱਲ ਕਹੀ, ਸਾਨੂੰ ਕੋਈ ਨਾ ਕੋਈ ਪੈਮਾਨੇ ਤਾਂ ਤੈਅ ਕਰਨੇ ਪੈਣਗੇ, ਅਸੀਂ ਇਹਦੇ ਪੈਮਾਨੇ ਤੈਅ ਕੀਤੇ ਨੇ, ਸਾਰਾ ਕੁਛ ਦੇਖਣ ਦੇ ਬਾਅਦ ਕੀਤੇ ਨੇ ਕਿ ਅੱਜ ਦੇ ਹਿਸਾਬ ਦੇ ਵਿੱਚ ਕਿੰਨਾ ਕੁ ਉਹਦਾ ਫਾਰਮੂਲਾ ਫਾਲੋ ਸਰਕਾਰ ਨੇ ਕੀਤਾ ਹੈ ਅਤੇ ਕੁਛ ਨਾ ਕੁਛ ਸੋਚ ਕੇ ਤੈਅ ਕੀਤਾ ਹੈ, ਇਸ ਕਰਕੇ ਮੇਰਾ ਇਹ ਕਹਿਣਾ ਹੈਗਾ। ਔਰ ਰਹੀ ਗੱਲ ਜਿਹੜੀ ਇਹਨਾਂ ਨੇ RSS ਵਾਲੋਂ ਦੀ ਕੀਤੀ, ਮੈਂ ਬੜੇ ਸਪਸ਼ਟ ਸ਼ਬਦਾਂ 'ਚ ਕਹਿ ਸਕਦਾ, ਬੜੀ ਜ਼ਿੰਮੇਵਾਰੀ ਨਾਲ ਕਹਿੰਦਾ ਕਿ ਜਿਹੜਾ ਆਲਰੇਡੀ ਰਿਜ਼ਰਵੇਸ਼ਨ ਚੱਲਦੀ ਪਈ ਹੈ, ਨਾ ਸਾਡੀ ਸਰਕਾਰ ਦੀ ਕੋਈ ਮਨਸ਼ਾ, ਜਦ ਤੱਕ ਸਾਡੀ ਸਰਕਾਰ ਹੈ ਉਹਦੇ 'ਚ ਇਫ ਐਂਡ ਬਟਸ ਜਿਹੜੀ ਆਲਰੇਡੀ ਰਿਜ਼ਰਵੇਸ਼ਨ ਚੱਲਦੀ ਹੈ ਕੋਈ ਪਰਿਵਰਤਨ ਨਹੀਂ ਹੋਏਗਾ, ਔਰ ਅਸੀਂ ਉਹਦੀ ਰਾਖਵਾ ਕਰਨ ਵਾਸਤੇ, ਉਹਦੀ ਰੱਖਿਆ ਕਰਨ ਵਾਸਤੇ ਅਸੀਂ ਵਚਨਬੱਧ ਹੈਗੇ ਹਾਂ, ਉਹਦੇ 'ਚ ਕੋਈ ਪਰਿਵਰਤਨ ਨਹੀਂ ਹੋਏਗਾ। ਇਸ ਸਿਰਫ ਵਿਰੋਧੀ ਧਿਰਾਂ ਦਾ ਇੱਕ ਸ਼ਫੂਗਾ ਹੈਗਾ ਕਿ ਆਹ ਜਿਹੜਾ ਕੰਮ ਕੀਤਾ ਇਹਨਾਂ ਕੋਲ ਬਰਦਾਸ਼ਤ ਨਹੀਂ ਹੋ ਰਿਹਾ, ਇਹਦੀ ਮਜਬੂਰੀ ਹੈ ਸਪੋਰਟ ਕਰਨੀ, ਇਹਨਾਂ ਕੋਲ ਬਰਦਾਸ਼ਤ ਨਹੀਂ ਹੋ ਰਿਹਾ, ਇਹਨੇ ਜ਼ਮੀਨ ਖਿਸਕਦੀ ਪਈ ਹੈ, ਇਸ ਕਰਕੇ ਲੋਲੀਪੋਪ ਨਹੀਂ ਹੈਗਾ, ਮੈਂ ਕਹਿ ਰਿਹਾ ਪੋਲੀਟੀਕਲ ਲੋਲੀਪੋਪ ਨਹੀਂ ਹੈਗਾ। ਜੇ ਲੋਲੀਪੋਪ ਹੁੰਦਾ ਤਾਂ ਨਰਸਿਮਹਾ ਰਾਓ ਵਾਂਗ ਸਿਰਫ ਨੋਟੀਫਿਕੇਸ਼ਨ ਕਰਦੇ, ਚਲੋ ਜੇ ਸਾਡੀ ਮਨਸ਼ਾ ਕਲੀਅਰ ਸੀ ਅਸੀਂ ਕਨਸਟੀਟਿਊਸ਼ਨ ਅਮੈਂਡਮੈਂਟ ਪਹਿਲਾਂ ਕੀਤੀ, ਮੈਂ ਕਰਕੇ ਕਹਿ ਰਿਹਾ ਕਿ ਇਸ ਕਰਕੇ ਇਹ ਕੁਛ ਹੋਊਗਾ ਨਹੀਂ ਗਾ, ਇਹ ਵਾਕਿਆ ਹੀ ਸਾਡੀ ਇੰਟੈਂਸ਼ਨ ਕਲੀਅਰ ਹੈ, ਸਾਡੀ ਨੀਅਤ ਸਾਫ਼ ਹੈ, ਸਾਡੀ ਨੀਤੀ ਸਾਫ਼ ਹੈ, ਅਸੀਂ ਜਨਤਾ ਨੂੰ ਉਸ ਦਾ ਭਰੋਸਾ ਦਵਾਉਂਦੇ ਹਾਂ ਕਿ ਜਲਦੀ ਇੰਪਲੀਮੈਂਟ ਹੋਏਗਾ। ਔਰ ਇਹ ਜਨਰਲ ਕੈਟਾਗਰੀ ਦੇ ਦੂਸਰੇ ਮੁੱਦੇ ਵਾਲਾ ਰੁੱਖ ਕਰਨਾ ਚਾਹੂੰਗਾ। ਸਭ ਤੋਂ ਪਹਿਲੀ ਟਿੱਪਣੀ ਸਰੀਨ ਸਾਹਿਬ ਥੋੜੀ ਲੈ ਲੈਣਾ, ਕੈਪਟਨ ਅਮਰਿੰਦਰ ਸਿੰਘ ਨੇ ਨਰਿੰਦਰ ਮੋਦੀ ਸਾਹਿਬ ਦੀ ਰੈਲੀ ਤੋਂ ਬਾਅਦ ਪਹਿਲੀ ਵਾਰੀ ਵੱਡਾ ਸਵਾਲ ਖੜਾ ਕੀਤਾ ਜਿਗਰਾ ਕੱਢ ਕੇ। ਉਹ ਕਹਿੰਦੇ ਵੀ ਮੋਦੀ ਸਾਹਿਬ ਗੱਲਾਂ ਤਾਂ ਵੱਡੀਆਂ ਵੱਡੀਆਂ ਕਰਕੇ ਗੁਰਦਾਸਪੁਰ 'ਚ ਆ ਕੇ ਤੁਸੀਂ ਸਨਮਾਨ ਵੀ ਕਰਤਾ ਮੋਦੀ ਸਾਹਿਬ ਦੇ, ਸੁਖਬੀਰ ਬਾਦਲ ਨੇ ਸ਼ਾਲ ਵੀ ਮੋਦੀ ਸਾਹਿਬ ਦੇ ਗਲ 'ਚ ਪਾਈ, ਧੰਨਵਾਦ ਰੈਲੀ ਸੀ, ਮੋਦੀ ਸਾਹਿਬ ਦਾ ਧੰਨਵਾਦ ਵੀ ਕਰਤਾ ਕਿ ਤੁਸੀਂ ਲਾਂਘਾ ਕੀਤਾ 550 ਲਈ, ਤੁਸੀਂ ਬੜਾ ਦਿਲ ਦਿਖਾਇਆ।
ਪਰ ਪੈਸਾ ਪੰਜਾਬ ਨੂੰ ਕਹਿੰਦੇ ਖਜ਼ਾਨੇ 'ਚ ਇੱਕ ਵੀ ਨਹੀਂ ਆਇਆ। ਦੇਖੋ ਕੀ ਜ਼ਿੰਮੇਦਾਰੀ ਨਹੀਂ ਬਣਦੀ ਕੇਂਦਰ ਸਰਕਾਰ ਦੀ? ਕਰਤਾਰਪੁਰ ਸਾਹਿਬ ਦੇ ਲਾਂਘੇ 'ਚ ਪਾਕਿਸਤਾਨ ਨੇ ਨੇਰੀ ਲਿਆਤੀ, ਉੱਥੇ ਕਿੱਡਾ ਤੇਜ਼ੀ ਨਾਲ ਕੰਮ ਹੋ ਰਿਹਾ, ਸਾਡੇ ਹਜੇ ਕੰਮ ਨਹੀਂ ਹੋ ਰਿਹਾ, ਚੋਣ ਜ਼ਾਬਤਾ ਲੱਗਣ ਵਾਲੀ ਗੱਲ ਆ। ਅਤੇ ਜਿੱਥੇ ਬੀਜੇਪੀ ਨੂੰ ਪੋਲੀਟੀਕਲ ਫਾਇਦਾ ਜ਼ਿਆਦਾ ਦਿਖਦਾ ਸੀ, ਉੱਥੇ ਤੁਸੀਂ ਰਾਤੋਂ ਰਾਤ ਬਿੱਲ ਕੱਢ ਲਿਆ ਰਾਖਵਾਂ ਕਰਨ ਵਾਲਾ, ਅਤੇ ਸਾਨੂੰ 550 ਦੇ ਪੈਸੇ ਨਹੀਂ ਹਜੇ ਭੇਜੇ, ਕੈਪਟਨ ਸਾਹਿਬ ਦਾ ਬਿਆਨ ਹੈ। ਦੇਖੋ ਗੱਲ ਇਹ ਹੈ, ਪਹਿਲੀ ਗੱਲ ਤਾਂ ਕਿਸੇ ਨੂੰ ਵੀ ਇਸ ਗੱਲ 'ਤੇ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਗੁਰੂ ਨਾਨਕ ਦੇਵ ਜੀ ਜਿਹੜੇ ਸ਼ੱਕ ਨਹੀਂ ਕਰਦੇ, ਗੱਲ ਤਾਂ ਪੈਸੇ ਦੀ ਹੈ, ਮੈਂ ਗੱਲ ਕਰ ਰਿਹਾ ਗੁਰੂ ਨਾਨਕ ਦੇਵ ਜੀ ਦਾ ਜਿਹੜਾ 550 ਆਪਾਂ ਮਨਾਉਣਾ ਹੈਗਾ ਗੁਰਪੁਰਬ, ਉਹਦੇ ਵਾਸਤੇ ਇਹ ਨਹੀਂ ਕਿ ਸਿਰਫ ਇੱਕ ਪਰਟੀਕੁਲਰ ਕਮਿਊਨਿਟੀ ਦਾ ਹੈਗਾ, ਗੁਰੂ ਨਾਨਕ ਦੇਵ ਜੀ ਸਾਂਝੇ ਸਾਰਿਆਂ ਦੇ ਸੀਗੇ ਜੀ, ਔਰ ਸਾਡੀ ਸਰਕਾਰ ਨੇ ਉਹਦੇ ਵਾਸਤੇ, ਇਹ ਪਹਿਲੀ ਸਰਕਾਰ ਹੈ ਜਿਸਨੇ ਐਲਾਨ ਕੀਤੇ, ਐਲਾਨ ਵੀ ਕੀਤਾ, ਨਹੀਂ ਪੈਸੇ ਤਾਂ ਆਏ ਨਹੀਂ ਨਾ ਜੀ, ਮੇਰੀ ਗੱਲ ਨਹੀਂ ਰਹਿ, ਮੇਰੀ ਗੱਲ ਸੁਣ ਲਓ ਨਾ ਜੀ, ਐਲਾਨ ਵੀ ਕੀਤਾ ਔਰ ਉਹਦੇ ਬਾਅਦ ਉਹਦੇ ਪ੍ਰੋਜੈਕਟਸ ਦੇ ਉੱਤੇ ਕੰਮ ਵੀ ਸ਼ੁਰੂ ਕੀਤਾ ਸਰ, ਕੰਮ ਪੈਸਾ ਆਊਗਾ ਤਾਂ ਸ਼ੁਰੂ ਹੋਊਗਾ। ਕੈਪਟਨ ਅਮਰਿੰਦਰ ਸਿੰਘ ਤੁਹਾਡਾ ਮੁੱਖ ਮੰਤਰੀ ਸੂਬੇ ਦਾ ਕਹਿ ਰਿਹਾ ਕਿ ਪੈਸਾ ਹੀ ਨਹੀਂ ਆਇਆ, ਨਹੀਂ ਨਹੀਂ ਪੈਸਾ ਪੈਸਾ ਸਿਰਫ ਫੀਤਾ ਮਾਰ ਰਹੇ ਨੇ ਜੀ, ਨਹੀਂ ਨਹੀਂ ਫੀਤਾ ਮਾਰੋਗੇ ਤੇ ਪੈਸਾ ਆਊਗਾ, ਨਹੀਂ ਪੈਸੇ ਫੀਤਾ ਪੰਜਾਬ ਸਰਕਾਰ ਨੇ ਨਹੀਂ ਮਾਰਿਆ, ਸੈਂਟਰ ਕਿੱਥੇ ਜ਼ਿੰਮੇਵਾਰ ਹੋ ਗਿਆ? ਸਾਡਾ ਇੱਕ ਫੈਡਰਲ ਸਟਰਕਚਰ ਹੈ, ਇਸ ਚੀਜ਼ ਨੂੰ ਸਮਝਣਾ ਪਏਗਾ, ਸਾਡਾ ਇੱਕ ਫੈਡਰਲ ਸਟਰਕਚਰ ਨਹੀਂ, ਪਰ ਅੱਜ ਆਗਰੇ ਜਾ ਕੇ ਮੋਦੀ ਸਾਹਿਬ ਨੇ ਵੱਡੇ ਵੱਡੇ ਉਦਘਾਟਨ ਕਰਤੇ, ਮੁਲਕ 'ਚ ਬਾਕੀ ਹਿੱਸਿਆਂ 'ਚ ਬੀਜੇਪੀ ਉਦਘਾਟਨ ਕਰੀ, ਇੱਥੇ ਤਾਂ ਤੁਹਾਡੇ ਮੋਦੀ ਸਾਹਿਬ ਚੈੱਕ ਇੱਥੇ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਆਏ ਨਾ, ਪੱਥਰ ਵੀ ਨਹੀਂ ਲੱਗੇ, ਨਹੀਂ ਨਹੀਂ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਆਏ ਨਾ, ਆ ਕੇ ਉਹਦਾ ਕਰਕੇ ਗਏ ਨੇ, ਹੁਣ ਜਿਹੜੀ ਉਹਦੀ ਜਗ੍ਹਾ ਐਕਵਾਇਰ ਕਰਨੀ ਹੈ ਜੋ ਕਰਨਾ ਹੈਗਾ, ਉਹ ਸਾਡਾ ਇੱਕ ਫੈਡਰਲ ਸਿਸਟਮ ਹੈ ਜਿਸ 'ਚ ਸਟੇਟ ਔਰ ਸੈਂਟਰ ਗਵਰਨਮੈਂਟ ਰਲ ਕੇ ਕਰਦੀ ਹੈ। ਸ਼ੱਕ ਹੀ ਖੜਾ ਹੋ ਰਿਹਾ, ਸ਼ੱਕ ਦਾ ਸਵਾਲ ਹੀ ਨਹੀਂ ਪੈਦਾ, ਤੁਸੀਂ ਕਰੋਗੇ, ਇਹ ਸਿਰਫ ਕਰਨਾ ਪੈਣਾ ਹੈ, ਤੁਸੀਂ ਵਾਅਦਾ ਕੀਤਾ, ਇਹ ਸਿਰਫ ਸ਼ੱਕ ਤੇ ਪੋਲੀਟੀਕਲ ਹੈਗਾ। ਮੈਂ 101% ਗਲਤ ਕਹਿ ਰਹੇ ਨੇ, ਮੈਂ ਕਹ ਰਹੀ 101% ਅੱਜ ਤੱਕ ਸਰਕਾਰ ਪੰਜਾਬ ਸਰਕਾਰ ਨੂੰ ਜਿੰਨਾ ਪੈਸਾ ਭੇਜਿਆ ਕਦੀ ਇਹਨਾਂ ਨੇ ਕਿਸੇ ਸਕੀਮ ਤੇ ਲਾਇਆ? ਜਦੋਂ ਪੈਸਾ ਭੇਜ ਦਿਓ ਤੁਸੀਂ ਤਨਖਾਹਾਂ ਦੇ ਦਿਓ, ਪੈਸੇ ਨਹੀਂ ਦਿਓ, ਉਧਰ ਡਿਵਰਟ ਕਰ ਦਿੰਦੇ, ਡਿਵੈਲਪਮੈਂਟ ਦੇ ਪੈਸੇ ਤੁਸੀਂ ਸਾਰੇ ਖਾ, ਇਸੇ ਕਰਕੇ ਨਹੀਂ ਭੇਜ ਰਹੇ, ਮੈਂ ਕਹਿ ਰਿਹਾ ਨਾ। ਇਸ ਕਰਕੇ ਮੈਂ ਬੜਾ ਕਲੀਅਰ ਕਹਿੰਦਾ, ਅਗਲੇ ਗੁਰਪੁਰਬ ਤੋਂ ਪਹਿਲਾਂ ਜਿਹੜੀਆਂ ਪ੍ਰੋਮਿਸਿਸ ਕੀਤੇ ਨੇ, ਚਾਹੇ ਉਹ ਸੁਲਤਾਨਪੁਰ ਲੋਧੀ ਦੇ ਵਿੱਚ ਉਹਨੂੰ ਸਮਾਰਟ ਸਿਟੀ ਦੇ ਲੈਵਲ ਤੱਕ ਬਣਾਉਣ ਦਾ ਕੀਤਾ, ਚਾਹੇ ਹਿੰਦੁਸਤਾਨ ਦੀਆਂ ਸਾਰੇ ਲੈਂਗੁਏਜਿਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਪਹੁੰਚਾਉਣ ਦਾ ਕੀਤਾ, ਤੁਸੀਂ ਅਗਲਾ ਗੁਰਪੁਰਬ ਸਾਹਿਬ ਇਲੈਕਸ਼ਨਾਂ ਤੋਂ ਬਾਅਦ ਆਉਣੇ, ਜਦ ਤੱਕ ਪਹਿਲਾਂ ਤੁਸੀਂ ਕੀ ਕਰਕੇ ਜਾਓ, ਸਮਝ ਲਓ ਇਹ ਕੋਈ ਐਸੀ ਚੀਜ਼ ਤਾਂ ਹੈ ਨਹੀਂ ਕਿ ਜਿਹੜੀ ਜੇਬ ਚੋਂ ਕੱਢੀ ਤੇ ਸਾਹਮਣੇ ਰੱਖ ਦਿੱਤੀ, ਪਰ ਪਾਕਿਸਤਾਨ ਵਾਲੇ ਪਾਸੇ ਕੰਮ ਸ਼ੁਰੂ ਹੋ ਗਿਆ, ਚਲੋ ਆਪਣਾ ਵੀ ਕੰਮ ਸ਼ੁਰੂ ਹੋਇਆ, ਅਗਲੇ ਆਪਣਾ ਵੀ ਕੰਮ ਸ਼ੁਰੂ ਹੋਇਆ ਹੋਇਆ, ਔਰ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਕਿ ਗੁਰੂ ਨਾਨਕ ਦੇਵ ਜੀ ਦੇ ਜਿਹੜਾ ਸਾਡੇ ਸਾਰਿਆਂ ਦਾ ਦਿਲ 'ਚ ਆਦਰ ਹੈਗਾ, ਇਹਦੇ ਉੱਤੇ ਕੋਈ ਕਿੰਤੂ ਪਰੰਤੂ ਵਾਲੀ ਗੱਲ ਨਹੀਂ ਗੀ। ਔਰ ਫਿਰ ਇੱਕ ਚੀਜ਼ ਹੋਰ ਦੱਸ ਦਿਆਂ, ਮੋਦੀ ਸਰਕਾਰ ਨੇ ਕਿਹਾ ਕਿ ਇਹਦੇ 'ਚ, ਮੈਂ ਇਹ ਨਹੀਂ ਕਹਿ ਰਿਹਾ ਕਿ 100 ਕਰੋੜ ਲਾਉਣਾ ਕਿ 200 ਕਰੋੜ ਲਾਉਣਾ, ਪੈਸੇ ਦੀ ਕੋਈ ਲਿਮਿਟ ਨਹੀਂ ਰੱਖੀ, ਜਿੰਨਾ ਵੀ ਪੈਸਾ ਲੱਗੇਗਾ, ਜਿੰਨਾ ਵੀ ਪੈਸਾ ਲੱਗੇਗਾ ਕੇਂਦਰ ਸਰਕਾਰ ਦੇਗੀ, ਉਹਦਾ ਫਸਟ ਕਲਾਸ ਉਹਦਾ ਕੋਰੀਡੋਰ ਬਣੇਗੀ। ਔਰ ਇਹੀ ਨਹੀਂ ਗਾ, ਔਰ ਕੋਰੀਡੋਰ ਦੇ ਇਲਾਵਾ ਜਿਹੜਾ ਉੱਥੇ ਇਮੀਗ੍ਰੇਸ਼ਨ ਸੈਂਟਰ ਜੋ ਬਣਨਾ ਹੈਗਾ, ਉਹ ਵੀ ਇੰਟਰਨੈਸ਼ਨਲ ਏਅਰਪੋਰਟ ਵਰਗਾ ਬਣੇਗਾ। ਜੇ ਗੱਲਾਂ ਕੀਤੀਆਂ ਨੇ ਤਾਂ ਜ਼ਿੰਮੇਵਾਰੀ ਨਾਲ ਕੀਤੀਆਂ ਨੇ, ਔਰ ਜਦੋਂ ਵੀ ਇਹਦੀ ਲੋੜ ਹੋਏਗੀ ਉਹਦੀ ਪੇਮੈਂਟ ਵੀ ਪਹੁੰਚੇਗੀ। ਇੱਕ ਸਿਸਟਮ ਹੁੰਦਾ ਸਰਕਾਰੀ ਸਿਸਟਮ ਕਿ ਤੁਸੀਂ ਕੋਈ ਡਿਮਾਂਡ ਕਰਦੇ ਹੋ, ਉਹਦਾ ਵੈਲਿਊਸ਼ਨ ਹੁੰਦੀ ਹੈ, ਐਸਟੀਮੇਟ ਬਣਦੇ ਨੇ, ਉਹ ਬਣਦੇ ਨੇ। ਇਹ ਜਿਹੜਾ ਪ੍ਰੋਸੀਜਰ ਡਿਲੇ ਹੋ ਰਿਹਾ ਇਹ ਸਿਰਫ ਉੱਥੇ ਤੱਕ ਹੀ ਹੈਗਾ। ਜੋ ਕਮਿਟਮੈਂਟ ਨਰਿੰਦਰ ਮੋਦੀ ਗਵਰਨਮੈਂਟ ਨੇ ਕੀਤੀ ਹੈ ਕਰਤਾਰਪੁਰ ਕੋਰੀਡੋਰ ਵਾਸਤੇ, ਸੁਲਤਾਨਪੁਰ ਲੋਧੀ ਵਾਸਤੇ, ਉਹ 101% 550 ਗੁਰਪੁਰਬ ਮਨਾਵਾਂਗੇ, ਉਸ ਤੋਂ ਪਹਿਲਾਂ ਕੰਪਲੀਟ ਹੋਏਗੀ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਹਮੇਸ਼ਾ ਹੀ, ਹੁਣ ਤਾਂ ਚਲੋ ਅੱਜ ਤਾਂ ਹੁਣੇ ਗੱਲਬਾਤ ਸਰੀਨ ਸਾਹਿਬ ਨੇ ਵੀ ਕਹਿ ਦਿੱਤੀ ਗੱਲ, ਇਸ ਚੀਜ਼ ਨੂੰ ਮੰਨਿਆ ਕਿ ਜਦੋਂ ਵੀ ਸੈਂਟਰ ਫੰਡ ਭੇਜਦੇ ਤੇ
ਤਨਖਾਹਾਂ ਦੇਣ ਨੂੰ ਹੈ। ਇਹ ਸ਼ੁਕਰ ਹੈ ਜਿਨ੍ਹਾਂ ਨੇ ਕਿਸੇ ਬਹਾਨੇ ਕਬੂਲ ਤਾਂ ਕੀਤਾ ਕਿ ਜਦੋਂ 10 ਸਾਲ ਪੰਜਾਬ 'ਚ BJP ਅਤੇ ਅਕਾਲੀ ਰਾਜ ਕਰਕੇ ਗਏ, 2017 'ਚ ਖਜ਼ਾਨੇ ਖਾਲੀ ਦੇ ਕੇ ਗਏ ਸੀਗੇ, ਅੱਜ ਤੱਕ ਤਾਂ ਹੀ ਉਹ ਸੈਲਰੀਆਂ ਜਿਹੜੀਆਂ ਪੈਂਡਿੰਗ ਉਹਨਾਂ ਦੀਆਂ ਚੱਲ ਰਹੀਆਂ ਸੀ ਉਹ ਦਿੱਤੀਆਂ ਜਾ ਰਹੀਆਂ। ਅਤੇ ਦੂਜੀ ਗੱਲ, ਕੈਪਟਨ ਅਮਰਿੰਦਰ ਸਿੰਘ ਤਾਂ ਉਹਨੂੰ ਇੱਕ ਸਵਾਲਣ ਦੀ ਲੱਗੇ ਹਲੇ ਉਸ ਬਗੀਚੀ ਨੂੰ, ਉਹਦੇ ਚ ਫੁੱਲ ਤਾਂ ਬਾਅਦ ਚ ਲੱਗਣੇ ਆ। ਦੂਸਰੀ ਗੱਲ ਕਿ ਜੋ ਰੋਜ਼ਾਨਾ ਪੰਜਾਬ ਭਾਜਪਾ ਦੇ ਲੀਡਰ ਅੱਜ ਦੇਖੋ 10 ਸਾਲ ਤਾਂ ਜਦੋਂ ਸੀਗੇ 2007 ਤੋਂ 2017 ਤੱਕ ਇੱਕ ਦਿਨ ਵੀ ਪੰਜਾਬ ਦੇ BJP ਦੇ ਲੀਡਰਾਂ ਨੂੰ ਪੰਜਾਬ 'ਚ ਕੋਈ ਨਾਕਾਮੀ ਨਜ਼ਰ ਨਹੀਂ ਆਈ, ਕੋਈ ਕਮੀ ਨਜ਼ਰ ਨਹੀਂ ਆਈ, ਕਿਉਂਕਿ ਸਰਕਾਰ ਨੇ ਪਤਾ ਸੀ ਵੀ ਪੰਜਾਬ 'ਚ ਅਕਾਲੀ ਦਲ ਦੀ ਸਰਕਾਰ ਹੈ, ਉਹਨਾਂ ਨੇ ਜਿਹੜੇ ਸਰਕਾਰੀ ਅਹੁਦਿਆਂ ਦੇ ਲੋਲੀਪੋਪ ਦਿੱਤੇ ਉਹ ਸੰਭਾਲ ਕੇ ਰੱਖਣੇ ਆ। ਜੇ ਅਸੀਂ ਬੋਲਾਂਗੇ ਤਾਂ ਉਹ ਲਾਂਭੇ ਕਰ ਦੇਣਗੇ, ਤਾਂ ਸੁਣਨ ਵਾਲੇ ਤਾਂ ਹੈ ਹੀ ਨਹੀਂ ਸੀ, ਅਕਾਲੀ ਦਲ ਡਿਕਟੇਟਰਸ਼ਿਪ 'ਤੇ ਆ। ਅੱਜ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਵੀ ਹੁਣ ਅਕਾਲੀ ਦਲ ਲੀਹ ਤੋਂ ਲੱਥ ਚੁੱਕਾ ਵਾ, ਪੱਟੀ ਤੋਂ ਲੱਥ ਚੁੱਕਾ, ਤੇ ਕਿਉਂ ਨਾ ਅੱਜ ਅਸੀਂ ਬੋਲ ਕੇ ਆਪਣੀ ਹੋਂਦ ਲੋਕਾਂ ਨੂੰ ਦਿਖਾਈਏ, ਕਿਉਂਕਿ 2017 ਦੀਆਂ ਚੋਣਾਂ 'ਚ ਆਪਣਾ ਹਾਲ BJP ਦੇਖ ਚੁੱਕੀ ਆ। ਕਿਤੇ ਨਾ ਕਿਤੇ ਦਿਖਾਉਣਾ ਸੀਗਾ ਵੀ ਅਸੀਂ ਵੀ ਹੈਗੇ ਹਾਂ, ਅਸੀਂ ਪੰਜਾਬ 'ਚ ਹੈਗੇ ਹਾਂ। ਮੈਂ ਇੱਕ ਮਿੰਟ ਜੀ, ਔਰ ਮੈਨੂੰ ਸਮਝ ਨਹੀਂ ਆਉਂਦਾ ਕਿ ਰੋਜ਼ਾਨਾ ਪੰਜਾਬ ਭਾਜਪਾ ਦੇ ਲੀਡਰ ਜਾਂ ਕੇਂਦਰ ਭਾਜਪਾ ਦੇ ਲੀਡਰ ਕਹਿੰਦੇ ਆ ਕਿ ਨਰਿੰਦਰ ਮੋਦੀ ਜੀ ਦੀ ਸਰਕਾਰ ਨੇ ਆਹ ਵੀ ਰਿਕਾਰਡ ਤੋੜ ਕਰਤਾ, ਆਹ ਵੀ ਇਤਿਹਾਸਕ ਕਰਤਾ। ਮੈਂ ਕਹਿੰਦਾ ਸਭ ਤੋਂ ਵੱਡਾ ਇਤਿਹਾਸਕ ਕਦਮ ਹੀ ਐਸਾ ਕੀਤਾ ਜਿਹੜੇ ਪ੍ਰਧਾਨ ਮੰਤਰੀ ਨੇ ਦੇਸ਼ ਦੀ ਜਨਤਾ ਨੂੰ ਬੇਵਕੂਫ ਬਣਾਤਾ, ਉਹੀ ਇੱਕ ਇਤਿਹਾਸਕ ਕਦਮ ਕਰਤਾ ਵਾ ਸਭ ਤੋਂ ਵੱਡਾ। ਹਰ ਰਿਕਾਰਡ ਇਹਨਾਂ ਨੇ ਕਰਤਾ, ਦੂਜਾ ਕਿਸੇ ਨੂੰ ਕੰਮ ਹੀ ਨਹੀਂ ਕਰਦਾ। ਇੱਕ ਮਿੰਟ, ਤੁਸੀਂ ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦੀ ਗੱਲ ਆਉਂਦੀ ਹੈ, ਤਦ ਕਹਿੰਦੇ ਕਿ ਅਸੀਂ ਇੱਕੋ ਦਮ ਰਿਕਾਰਡ ਤੋੜ ਕਰਤਾ, ਜੁਡੀਸ਼ਲੀ ਸਜ਼ਾ ਦੇ ਰਹੀ ਹੈ, ਤੁਸੀਂ ਕਹਿੰਦੇ ਜੀ ਅਸੀਂ ਕਰਤਾ, ਤੇ ਜਿਹੜੇ ਇੰਨੇ ਸਾਲ ਦੇ ਕਮਿਸ਼ਨ ਵਾਲੇ ਸੀ ਸਭ ਬੋਗਸ ਹੈ, ਕੋਈ ਕੁਛ ਨਹੀਂ ਹੈ, ਜਿਹੜਾ ਤਾਂ ਕਮਿਸ਼ਨ ਤੁਹਾਡੇ ਮੁਤਾਬਕ ਚੱਲ ਜੇ ਉਹ ਅਸੀਂ ਕਰਤਾ। ਚਲੋ ਪੁਆਇੰਟ ਬੈਕ, ਬਹੁਤ ਸਮਾਂ ਨਹੀਂ ਕਰੋੜ ਲੋਕਾਂ ਨੂੰ ਮੁਦਰਾ ਯੋਜਨਾ ਦੇ ਵਿੱਚ ਦੇ ਦੇਖੋ। ਪਹਿਲਾਂ ਤਾਂ BJP ਨੇ, ਅਕਾਲੀ ਦਲ ਨੇ, ਸਾਰੇ ਦੇਸ਼ ਨੂੰ ਪਤਾ, ਸਾਰੇ ਵਿਸ਼ਵ ਨੂੰ ਪਤਾ ਕਿ ਜਦੋਂ ਕਰਤਾਰਪੁਰ ਲਾਂਘੇ ਦਾ ਨਾਂ ਆਇਆ ਅਤੇ ਨਾਂ ਜਿਹਦੇ ਕੋਲ ਲੈ ਦਿੱਤਾ ਅਤੇ ਉਸ ਨੂੰ ਹੀ ਗਦਾਰ ਦੱਸਣਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਇਹ ਦੱਸਣਾ ਸ਼ੁਰੂ ਕਰ ਦਿੱਤਾ ਵੀ ਇੱਦਾਂ ਦਾ ਕੋਈ ਪ੍ਰਪੋਜ਼ਲ ਹਾਲੇ ਤੱਕ ਪਾਕਿਸਤਾਨ ਤੋਂ ਆਈ ਨਹੀਂ, ਜਦੋਂ ਕਿ ਇਹਨਾਂ ਨੂੰ ਪਤਾ ਕਿ ਪਾਕਿਸਤਾਨ ਤੋਂ ਨਹੀਂ ਆਉਣੀ, ਪ੍ਰਪੋਜ਼ਲ ਅਸੀਂ ਦੇਣੀ ਹੈ, ਲਾਂਘਾ ਅਸੀਂ ਮੰਗ ਰਹੇ ਹਾਂ। ਫਿਰ ਕੀ ਹੋਇਆ, ਜਦੋਂ ਪਾਕਿਸਤਾਨ ਨੇ ਡੇਟ ਅਨਾਊਂਸ ਕਰਤੀ ਵੀ ਅਸੀਂ ਪੱਥਰ ਲਾ ਰਹੇ ਹਾਂ, ਫਿਰ ਇਹਨਾਂ ਨੇ ਫਟਾਫਟ ਕਰਕੇ 2 ਦਿਨ ਪਹਿਲਾਂ ਦਾ ਡੇਟ ਕਰ ਦਿੱਤਾ। ਦੇਖੋ ਐਡਾ ਬੜਾ ਇੱਕ ਲਾਂਘਾ ਲੈਣਾ, ਦੋ ਦੇਸ਼ਾਂ ਦੇ ਵਿਚਕਾਰ ਹੈ, ਉਸ ਚੀਜ਼ ਨੂੰ ਡਿਬੇਟ ਨਹੀਂ ਕੀਤਾ ਗਿਆ, ਉਸ ਚੀਜ਼ ਦੇ ਉੱਤੇ ਕੋਈ ਨੋਰਮਸ ਫਿਕਸ ਨਹੀਂ ਕੀਤੇ ਗਏ ਪਾਕਿਸਤਾਨ ਵਾਲੇ, ਇੱਕ ਵੀ ਮੀਟਿੰਗ ਨਹੀਂ ਕੀਤੀ ਗਈ, ਹਰ ਇੱਕ ਕਾਲੀ ਦੀ ਜਿਹੜੀ ਡੀਮੋਨੀਟਾਈਜੇਸ਼ਨ ਕੀਤੀ ਪਹਿਲਾਂ ਕਾਲੀ ਦੇ ਵਿੱਚ, ਨਾ ਦੇਸ਼ ਦੇ ਕੋਲ ਕਰੰਸੀ, ਨਾ ਦੇਸ਼ ਦੇ ਕੋਲ ਕੋਈ ATM ਦੇ ਵਿੱਚ ਨੋਟ ਰੱਖਿਆ, ਤੇ ਜੇ ਸਾਡੇ ਦੇਸ਼ ਦਾ ਸਿਸਟਮ ਇਹਨਾਂ ਨੂੰ ਮੰਨ ਲੈਣਾ ਚਾਹੀਦਾ BJP ਵਾਲਿਆਂ ਨੂੰ ਕਿ ਇੰਨਾ ਮਾੜਾ ਕਿ ਜਿਹੜਾ ਅਸੀਂ ਕਹਿੰਦੇ ਹਾਂ ਕਿ ਪਾਕਿਸਤਾਨ ਦਾ ਸਿਸਟਮ ਬਹੁਤ ਮਾੜਾ ਹੈ,
ਅਤੇ ਸਾਡੇ ਤਾਂ ਹਾਲੇ ਜਿਹੜੀਆਂ ਫੋਰਮੈਲਿਟੀਜ਼ ਨੇ ਜੀ ਉਹ ਸਟੇਟ ਨੂੰ ਕਹਿ ਰਿਹਾ ਜੀ ਜ਼ਮੀਨ ਅਕੁਆਇਰ ਦੇਖ ਲਓ ਜੀ, ਉਹ ਕਹਿੰਦਾ ਜੀ ਪੈਸੇ ਨਹੀਂ ਆਏ, ਅਤੇ ਪਾਕਿਸਤਾਨ ਦੇ ਵਿੱਚ ਇਹਦਾ ਮਤਲਬ ਸਾਡੇ ਨੂੰ ਸਿਸਟਮ ਬਹੁਤ ਚੰਗਾ, ਉਹਨਾਂ ਨੇ ਪੱਥਰ ਲਾਇਆ ਨਾਲ ਹੀ ਕੰਮ ਸ਼ੁਰੂ ਕਰ ਦਿੱਤਾ। ਇਹ ਜਿਹੜਾ ਜਿੱਥੇ ਪ੍ਰਧਾਨ ਮੰਤਰੀ ਇਨਵੋਲਵ ਹੋਵੇ, ਜਿੱਥੇ ਨੈਸ਼ਨਲ ਇੰਟਰਸਟ ਹੋਵੇ ਤੇ ਸਾਰੀ ਕਮਿਊਨਿਟੀ ਦਾ ਇੰਟਰਸਟ ਹੋ ਚੁੱਕਿਆ ਹੋਵੇ ਪ੍ਰਧਾਨ ਮੰਤਰੀ। ਅੱਛਾ ਮੈਂ ਫੇਰ ਸਪਸ਼ਟ ਕਰ ਦਿਆਂ, ਕੋਈ ਸ਼ੰਕਾ ਨਾ ਕਰੋ, ਸ਼ੰਕਾ ਨਹੀਂ, ਸ਼ੰਕਾ ਨਾ ਕਰੋ। ਉਸ ਦੇ ਉੱਤੇ ਵੀ ਕੰਮ ਖੁੱਲਾ ਹੁੰਦਾ ਰਹੇ ਨੇ ਗੁਰਾਂ ਦੇ ਵਾਸਤੇ, ਇਹਦਾ ਮਤਲਬ ਹੈ ਕਿ ਇਹ ਸਰਕਾਰ ਜਿਹੜੀ ਹੈ ਉਹ ਹੋ ਨਹੀਂ ਸਕਦੀ। ਡੱਲਾ ਜੀ ਮੈਂ ਇੱਕ ਗੱਲ, ਬੀਜੇਪੀ ਅੱਜ ਦੀ ਡੇਟ 'ਚ ਉਹ ਖਿਡਾਰੀ ਹੈ ਜਿਹੜੀ ਦੇਖ ਰਹੀ ਹੈ ਕਿ ਰੇਸ ਹੋਣ ਲੱਗੀ, ਸਾਰੇ ਖਿਡਾਰੀ ਭੱਜਣ ਲੱਗੇ ਆ, ਹਲੇ ਉਹਨੇ ਫੇਅਰ ਕਰਕੇ ਅਨਾਉਂਸ ਨਹੀਂ ਕੀਤਾ ਹੁੰਦਾ, ਪਹਿਲੇ ਭੱਜਣ ਦੇ ਕਿਤੇ ਹੀ ਓਬਵੀਅਸਲੀ ਰਹੀ ਨਾ ਜੀ ਵੀ ਖੇਡ ਗੱਲ ਹੈ, ਤੁਸੀਂ ਖੇਡਣ ਜੋਗੇ ਹੋਵੋ ਤੇ ਖੇਡੋ, ਤੁਸੀਂ ਤਾਂ ਖੇਡਣ ਜੋਗੇ ਨਹੀਂ ਹੈਗੇ। ਆਖਰੀ ਟਿੱਪਣੀ ਕਰਾਂ, ਹਾਂਜੀ ਖੇਡਣ ਜੋਗੇ ਨਹੀਂ ਹੈਗੇ ਤੇ ਕਰਨਾ ਕੀ ਹੈ, ਚਲੋ ਆਖਰੀ ਟਿੱਪਣੀ। ਪਹਿਲੀ ਗੱਲ ਤਾਂ ਜੀ ਜਿਹੜਾ ਕਰਤਾਰਪੁਰ ਕੋਰੀਡੋਰ ਹੈ ਇਹ ਐਡਾ ਕੋਈ ਵੱਡਾ, ਯਾਨੀ ਪੈਸੇ ਵੱਲੋਂ ਵੀ ਸਾਡੇ ਵਾਲੇ ਪਾਸੇ ਤਾਂ ਕੰਮ ਹੀ ਬਹੁਤ ਘੱਟ ਹੈ, ਅਤੇ ਐਵੇਂ ਪੋਲੀਟਿਕਸ ਉਹਦੇ ਕਰਨੀ, ਪੈਸੇ ਮਿਲੇ ਜਾਂ ਨਹੀਂ ਮਿਲੇ ਇੱਕ ਬਿੱਲ ਦੀ ਗੱਲ ਹੈ, ਅਤੇ ਪੰਜਾਬ ਸਰਕਾਰ ਵੀ ਚਲਾ ਸਕਦੀ ਹੈ ਅਤੇ ਸੈਂਟਰ ਵੀ ਫੰਡ ਦੇਊਗਾ, ਆਪਾਂ ਨੂੰ ਇਹਦੇ ਬਾਰੇ ਕੋਈ ਦੋਚਿਤੀ ਨਹੀਂ ਹੋਣੀ, ਜਿਹੜੀ ਐਵੇਂ ਇੱਕ ਦੂਜੇ ਤੇ ਦੂਸਰੇ ਲੋਕ ਦੇ ਦੇਣਗੇ ਪੈਸੇ, ਤੁਸੀਂ ਕਹੋ ਤਾਂ ਅਸੀਂ ਵੀ ਸਾਡੇ ਕੋਲ ਪੈਸੇ ਖਾਤਰ ਕੰਮ ਰੁਕਿਆ, ਸ਼ੁਰੂ ਤੇ ਕਰੋ, ਤੁਸੀਂ ਕਹੋ ਵੀ ਪੈਸੇ ਆ ਜਾਣਗੇ। ਦੂਜੀ ਗੱਲ ਚਲੋ ਚੰਗੀ ਗੱਲ ਹੈ ਜੀ, ਹੁਣ ਦੋਨੇ ਪਾਰਟੀਆਂ ਮੰਨ ਗਈਆਂ ਵੀ ਜਿਹੜੇ ਸੈਂਟਰ ਤੋਂ ਫੰਡ ਆਉਂਦੇ ਸੀ ਉਹ ਪਹਿਲਾਂ ਵੀ ਡਾਇਵਰਟ ਹੁੰਦੇ ਸੀ, ਸ਼ੁਭੇਚਾਵਾਂ। ਜੇ ਕਿਸੇ ਇੱਕ ਦੀ ਸਰਕਾਰ ਨਾ ਆਵੇ ਤੇ ਰੱਬ ਕਰੇ ਸਾਰਿਆਂ ਨੂੰ ਵੰਡ ਵੰਡ ਕੇ ਸੀਟਾਂ ਦੇ ਦੇਣ। ਬਹੁਤ ਬਹੁਤ ਧੰਨਵਾਦ, ਤੁਸੀਂ ਵਕਤ ਕੱਢਿਆ, ਅਸੀਂ ਇਹੀ ਕਰਾਂਗੇ ਕਿ ਰਿਜ਼ਰਵੇਸ਼ਨ 10% ਲਾਗੂ ਹੋ ਜੇ ਤੇ ਘੱਟੋ ਘੱਟ 8 ਲੱਖ ਦੀ ਬਜਾਏ ਸਹੀ ਸ਼ਬਦਾਂ 'ਚ ਜਿਹੜੇ ਗਰੀਬ ਨੇ ਜਿਹਨਾਂ ਕੋਲ 2 ਵਕਤ ਦਾ ਫੁਲਕਾ ਨਹੀਂ ਉਹਨਾਂ ਕੋਲ ਰਿਜ਼ਰਵੇਸ਼ਨ ਜ਼ਰੂਰ ਪਹੁੰਚੇ, ਤਾਂ ਹੀ ਇਸ ਰਿਜ਼ਰਵੇਸ਼ਨ ਦਾ ਫਾਇਦਾ। 8 ਲੱਖ ਜਿਹੜੇ ਕਮਾ ਰਹੇ ਨੇ ਸਾਲ ਦੇ, ਮੈਨੂੰ ਲੱਗਦਾ ਉਹਨਾਂ ਨੂੰ ਤਾਂ ਰਿਜ਼ਰਵੇਸ਼ਨ ਦੀ ਨਹੀਂ, ਉਹਨਾਂ ਨੂੰ ਪੁੰਨ ਦਾਨ ਕਰਨ ਦੀ ਜ਼ਰੂਰਤ ਹੈ। ਬਹੁਤ ਬਹੁਤ ਧੰਨਵਾਦ, ਥੈਂਕ ਯੂ।